ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸਵਾਏਮਾਨ ਗੁਰੂ ਪਿਆਰੀ ਸਾਧ ਸੰਗਤ ਜੀ ਦਸਮ ਪਾਤਸ਼ਾਹ ਵੱਲੋਂ ਬਖਸ਼ੀ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਇੱਥੋਂ ਕਿਤਾਬ ਦਾ ਜ਼ਿਕਰ ਕੀਤਾ ਸੀਗਾ ਸਟੇਜ ਤੋਂ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਬਾਰੇ, ਉਹਦੇ ਬਾਰੇ ਤਾਂ ਆਪਾਂ ਕੱਲ੍ਹ ਇੱਕ ਘੰਟਾ ਵਿਚਾਰਾਂ ਕਰਾਂਗੇ, ਦੁਪਹਿਰੇ 12 ਤੋਂ 1 ਵਜੇ ਤੱਕ ਸਪੈਸ਼ਲੀ ਉਸੇ ਕਿਤਾਬ ਬਾਰੇ ਚਰਚਾ ਹੋਏਗੀ। ਪਰ ਅੱਜ ਜੋ ਅੱਜ ਪੰਥ ਦੇ ਜਾਂ ਦੇਸ਼ ਦੇ ਜਾਂ ਕਹਿ ਲਓ ਕਿ ਜੋ ਦੁਨੀਆ ਦੇ ਹਾਲਾਤ ਬਣੇ ਹਨ, ਥੋੜ੍ਹੇ ਜਿਹੇ ਆਪਾਂ ਉਹਦੇ ਬਾਰੇ ਵਿਚਾਰਾਂ ਕਰਨੀਆਂ ਹਨ, ਤਾਂ ਕਿ ਸਾਨੂੰ ਪਤਾ ਲੱਗ ਸਕੇ ਅਸੀਂ ਕਿੱਥੇ ਖੜ੍ਹੇ ਹਾਂ, ਕਿੱਧਰ ਨੂੰ ਜਾ ਰਹੇ ਹਾਂ ਅਤੇ ਕਿੱਧਰ ਜਾਣਾ ਚਾਹੀਦਾ। ਬਹੁਤਾ ਵਿਸਥਾਰ ਵਿੱਚ ਨਾ ਜਾਈਏ, ਜਿਹੜਾ ਪਿਛਲੇ 35 ਸਾਲਾਂ ਦਾ ਸਮਾਂ ਹੈ ਉਹ ਸਿੱਖ ਇਤਿਹਾਸ ਦਾ ਬਹੁਤ ਹੀ ਹੋਣੀ ਭਰਿਆ ਸਮਾਂ ਹੈ, ਕਿਉਂਕਿ 18ਵੀਂ ਸਦੀ ਤੋਂ ਬਾਅਦ ਪਹਿਲੀ ਵਾਰ ਸ਼੍ਰੀ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਹੋਇਆ। ਤਕਰੀਬਨ 1765 ਤੋਂ ਬਾਅਦ ਉੱਨੀ ਸੌ 1984 'ਚ ਜਾ ਕੇ ਦਰਬਾਰ ਸਾਹਿਬ 'ਤੇ ਹਮਲਾ ਹੋਇਆ। ਇਹ ਕੋਈ ਛੋਟੀ ਮੋਟੀ ਘਟਨਾ ਨਹੀਂ ਸੀ। ਮੈਂ ਆਪਣੀਆਂ ਕਿਤਾਬਾਂ 'ਚ ਉਹਦੇ ਬਾਰੇ ਜ਼ਿਕਰ ਕੀਤਾ ਹੈ, ਕਿਉਂ ਕੀਤਾ ਹਮਲਾ ਅਤੇ ਸਿੱਖਾਂ ਵਾਸਤੇ ਉਸ ਹਮਲੇ ਦੇ ਅਰਥ ਕੀ ਹੈ। ਹਮਲਾ ਹੋਇਆ ਕਿਉਂਕਿ ਸਿੱਖ ਕੌਮ ਦੇ ਬਿਲਕੁਲ ਨਾਜ਼ੁਕ ਜੋ ਹਿੱਸਾ ਹੈ ਦਿਲ ਦਾ, ਸੱਟ ਉਹ 'ਤੇ ਵੱਜੀ। ਇਸ ਕਰਕੇ ਰੋਹ ਆਇਆ ਕੌਮ ਨੂੰ। ਬੇਸ਼ੱਕ ਕੋਈ ਲੀਡਰ ਨਹੀਂ ਸੀ, ਕਿਉਂਕਿ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਉਹ ਸ਼ਹੀਦ ਹੋ ਚੁੱਕੇ ਸੀ ਦਰਬਾਰ ਸਾਹਿਬ ਦੀ ਅਜ਼ਮਤ ਦੀ ਰੱਖਿਆ ਕਰਦੇ ਹੋਏ। ਉਸ ਤੋਂ ਬਾਅਦ ਕੌਮ ਕੋਲ ਇਸ ਤਰ੍ਹਾਂ ਦਾ ਕੋਈ ਲੀਡਰ ਨਹੀਂ ਸੀ ਜਿਹਦਾ ਕੋਈ ਨਾਂ ਹੋਵੇ ਜਾਂ ਜਿਹਨੂੰ ਲੋਕ ਜਾਣਦੇ ਹੋਣ। ਪਰ ਸਾਰੀ ਕੌਮ ਨੂੰ ਗੁੱਸਾ ਆਇਆ ਜਾਂ ਰੋਹ ਆਇਆ, ਦੁੱਖ ਹੋਇਆ, ਅਤੇ ਉਹਦੇ ਵਿੱਚੋਂ ਜਿੰਨੀ ਕੁ ਵੀ ਤਾਕਤ ਸੀ ਕੌਮ ਲੜੀ। ਇਹ ਕਹਿ ਸਕਦੇ ਹਾਂ ਕਿ 84 ਤੋਂ ਲੈ ਕੇ ਤਕਰੀਬਨ 9-10 ਸਾਲ ਸੰਘਰਸ਼ ਚੱਲਦਾ ਰਿਹਾ। 95 ਦੇ ਵਿੱਚ ਜਿਹੜਾ ਬੇਅੰਤ ਸਿੰਘ ਮੁੱਖ ਮੰਤਰੀ ਹੈ ਉਹਦੇ ਕਤਲ ਤੋਂ ਬਾਅਦ ਇੱਕ ਨਵਾਂ ਹਾਲਾਤ ਪੈਦਾ ਹੋਏ ਕਿ ਜੋ ਸਿੱਖ ਸੰਘਰਸ਼ ਸੀ, ਖਾੜਕੂ ਸੰਘਰਸ਼, ਹਥਿਆਰਬੰਦ ਸੰਘਰਸ਼, ਉਹ ਤਕਰੀਬਨ ਖਤਮ ਹੋ ਗਿਆ ਸੀ। 92-93 'ਚ ਹੀ ਖਤਮ ਹੋ ਗਿਆ ਸੀ। ਕੁਛ ਟੁੱਟਵੀਆਂ ਕਾਰਵਾਈਆਂ ਹੀ ਹੋਈਆਂ, ਪਰ ਉਹ 10-12 ਸਾਲਾਂ ਦੇ ਵਿੱਚ ਸਿੱਖ ਕੌਮ 'ਤੇ ਜਿਸ ਕਿਸਮ ਦੇ ਜ਼ੁਲਮ ਹੋਏ, ਮੇਰਾ ਖਿਆਲ ਹੈ ਕਿ ਕੋਈ ਵੀ ਸਿੱਖ ਉਹਨਾਂ ਬਾਰੇ ਕਿਸੇ ਹਨੇਰੇ 'ਚ ਨਹੀਂ ਹੋਵੇਗਾ। ਤੁਸੀਂ ਪਿੰਡਾਂ ਦੇ ਵਿੱਚ ਕਿਸੇ ਵੀ ਪਿੰਡ 'ਚ ਜਾ ਕੇ ਉਸ ਸਮੇਂ ਦੀਆਂ ਜੋ ਕਹਾਣੀਆਂ ਸੁਣੋਗੇ, ਜਿਹੜੇ ਤਾਂ ਪੁਰਾਣੇ ਲੋਕ ਹੈ ਜਿਨ੍ਹਾਂ ਨੂੰ ਸੋਝੀ ਸੀ ਉਦੋਂ, ਉਹਨਾਂ ਨੇ ਤਾਂ ਆਪਣੇ ਅੱਖੀਂ ਦੇਖਿਆ, ਜਿਹਨਾਂ ਦਾ ਜਨਮ ਉਸ ਤੋਂ ਬਾਅਦ ਹੋਇਆ ਉਹ ਕਿਤਾਬਾਂ ਦੇ ਵਿੱਚ ਬਹੁਤ ਕੁਛ ਪੜ੍ਹ ਸਕਦੇ ਹਨ। ਬਹੁਤ ਸਾਰੀਆਂ ਰਿਪੋਰਟਾਂ ਅਜਿਹੀਆਂ ਛਪੀਆਂ ਹਨ ਜਿਨ੍ਹਾਂ ਦੇ ਵਿੱਚ ਉਹ ਜ਼ੁਲਮ ਕਿੰਨੇ ਵਿਆਪਕ ਪੱਧਰ 'ਤੇ ਕਿੱਡੇ ਭਿਅੰਕਰ ਹੋਏ, ਉਹ ਤਕਰੀਬਨ ਉਹਨਾਂ ਦਾ ਇੱਕ ਨਕਸ਼ਾ ਮਨ ਦੇ ਵਿੱਚ ਬਣ ਜਾਂਦਾ ਹੈ। ਸੋ ਸੰਖੇਪ 'ਚ ਕਹਿਣਾ ਹੋਵੇ ਤਾਂ ਇਹ ਕਹਿ ਸਕਦੇ ਹਾਂ ਕਿ 18ਵੀਂ ਸਦੀ ਦਾ ਇਤਿਹਾਸ ਫਿਰ ਦੁਹਰਾਇਆ ਗਿਆ ਦੋਵੇਂ ਤਰ੍ਹਾਂ। ਜਿਹੜਾ ਇਹ ਲੱਗਦਾ ਸੀ ਕਿ ਅੱਜ ਦੇ ਪਦਾਰਥਵਾਦ ਦੇ ਯੁੱਗ ਦੇ ਵਿੱਚ, ਜਿਹਨੂੰ ਅਸੀਂ ਕੱਲ੍ਹ ਜੋ ਕਹਿ ਦਿੰਦੇ ਹਾਂ ਕਿ ਸਿੱਖਾਂ ਦੇ ਵਿੱਚ ਹੁਣ ਉਹ ਜਜ਼ਬਾ ਪੁਰਾਤਨ ਜੋ ਸਿੱਖੀ ਦਾ ਗੁਰੂ ਸਾਹਿਬ ਨੇ ਜੋ ਪੈਦਾ ਕੀਤਾ ਸੀ ਕਿ ਉਹ ਨਹੀਂ ਰਿਹਾ। ਸੰਤ ਜਰਨੈਲ ਸਿੰਘ ਜੀ ਨੇ ਜਿਸ ਕਿਸਮ ਦੀ ਲੜਾਈ ਦਿੱਤੀ,
ਕੌਮ ਦੇ ਵਿੱਚ ਜਿਸ ਕਿਸਮ ਦਾ ਜਜ਼ਬਾ ਭਰਿਆ ਉਹਦਾ ਅਸਰ ਕਿੰਨੇ ਸਾਲਾਂ ਤੱਕ ਪ੍ਰਗਟ ਹੁੰਦਾ ਰਿਹਾ ਕਿ ਬਹੁਤ ਵੱਡੇ ਜ਼ੁਲਮਾਂ ਦੇ ਬਾਵਜੂਦ ਕੌਮ ਲੜਦੀ ਰਹੀ। ਸੋ ਉਸ ਪੱਖੋਂ ਵੀ 18ਵੀਂ ਸਦੀ ਦਾ ਇਤਿਹਾਸ ਦੁਹਰਾਇਆ ਗਿਆ ਕਿ ਸਿੱਖਾਂ ਨੇ ਫਿਰ ਉਹੀ ਪੁਰਾਤਨ ਜੋ ਸਿੱਖਾਂ ਦਾ ਜਜ਼ਬਾ ਉਹ ਦਿਖਾਇਆ ਲੜ ਕੇ। ਦੂਜੀ ਤਰ੍ਹਾਂ ਵੀ ਕਿ ਜਿਹੜੇ ਜ਼ੁਲਮ ਨੇ ਜੋ 18ਵੀਂ ਸਦੀ ਦੇ ਵਿੱਚ ਸਿੱਖਾਂ 'ਤੇ ਜ਼ੁਲਮ ਹੋਏ ਸੀਗੇ, ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ ਜਾਂ ਬੱਚਿਆਂ ਤੱਕ ਨੂੰ ਕਤਲ ਕੀਤਾ ਗਿਆ ਮਾਵਾਂ ਦੇ ਸਾਹਮਣੇ, ਉਹ ਅਜੋਕੇ ਸਮੇਂ ਦੇ ਵਿੱਚ ਜਦੋਂ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਅੱਜ ਜਮਹੂਰੀਅਤ ਦਾ ਯੁੱਗ ਹੈ, ਸੱਭਿਅਤਾ ਦਾ ਯੁੱਗ ਹੈ, ਉਸੇ ਯੁੱਗ 'ਚ ਜ਼ੁਲਮ ਉਦੋਂ ਵੀ ਭੈੜੇ ਤਰੀਕੇ ਨਾਲ ਕੀਤੇ ਗਏ ਨੇ। ਸੋ ਇਸ ਪੱਖੋਂ ਅਸੀਂ ਕਹਿ ਸਕਦੇ ਹਾਂ ਕਿ ਉਹ 18ਵੀਂ ਸਦੀ ਵਾਲੀ ਗੱਲ ਦੁਬਾਰਾ ਸਾਡੇ ਸਾਹਮਣੇ ਫਿਰ ਵਾਪਰੀ। ਪਰ 95 ਤੋਂ ਲੈ ਕੇ ਅੱਜ ਤੱਕ 20 ਸਾਲਾਂ ਤੋਂ ਵੱਧ ਸਮਾਂ ਗੁਜ਼ਰ ਚੁੱਕਿਆ। ਸੋ ਉਹ ਮੌਕਾ ਹੁਣ ਆ ਗਿਆ ਸਾਡੇ ਸਾਹਮਣੇ ਕਿ ਅਸੀਂ ਥੋੜ੍ਹਾ ਠੰਡੇ ਦਿਮਾਗ ਨਾਲ ਵਿਚਾਰੀਏ ਕਿ ਅਸੀਂ ਇਹਨਾਂ 20-25 ਸਾਲਾਂ ਦੇ ਵਿੱਚ ਸਾਡੀ ਕੋਈ ਪ੍ਰਾਪਤੀ ਹੈ ਜਾਂ ਨਹੀਂ, ਜੇ ਹੈ ਤਾਂ ਉਹ ਕੀ ਹੈ। ਸੋ ਅੱਜ ਅਸੀਂ ਕਿੱਥੇ ਕੁ ਖੜ੍ਹੇ ਹਾਂ, ਸਾਡੀ ਅੱਜ ਦੀ ਜਿਹੜੀ ਸਥਿਤੀ ਹੈ ਉਹ ਕੀ ਹੈ, ਉਸ ਬਾਰੇ ਜੇ ਤਾਂ ਆਪਾਂ ਇੱਕ ਓਪਰੀ ਜਿਹੀ ਨਜ਼ਰ ਨਾਲ ਦੇਖਣਾ ਹੋਵੇ ਤਾਂ ਬਹੁਤ ਗੱਲਾਂ ਨੇ ਜਿੱਥੋਂ ਉਤਸ਼ਾਹ ਵੱਧ ਸਕਦਾ ਦੇਖ ਕੇ, ਕਿਉਂਕਿ ਅੱਜ ਤੋਂ 20-25 ਸਾਲਾਂ ਪਹਿਲਾਂ ਦੇ ਮੁਕਾਬਲੇ ਇਹ ਹਰ ਇੱਕ ਸਿੱਖ ਨੂੰ ਦਿਸੀ ਜਾਂਦਾ ਕਿ ਗੁਰਦੁਆਰਿਆਂ ਦੀ ਗਿਣਤੀ ਕਿਤੇ ਜ਼ਿਆਦਾ ਵੱਧ ਗਈ ਹੈ। ਜਗ੍ਹਾ ਜਗ੍ਹਾ ਬਾਹਰਲੇ ਮੁਲਕਾਂ ਦੇ ਵਿੱਚ ਵੀ ਜਿੱਥੇ ਕੋਈ ਟਾਵਾਂ ਬਿਰਲਾ ਗੁਰਦੁਆਰਾ ਸਾਹਿਬ ਹੁੰਦਾ ਸੀ, ਅੱਜ ਗੁਰਦੁਆਰੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਗ੍ਹਾ ਜਗ੍ਹਾ ਸਥਾਪਿਤ ਹੋ ਗਏ। ਗੁਰਦੁਆਰਿਆਂ ਵਿੱਚ ਆਉਣ ਵਾਲੀ ਸੰਗਤ ਦੀ ਗਿਣਤੀ ਵੀ ਬਹੁਤ ਵੱਧ ਗਈ ਹੈ। ਬਹੁਤ ਵੱਡੇ ਵੱਡੇ ਨਗਰ ਕੀਰਤਨ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਵੀ ਅਸੀਂ ਦੇਖਦਿਆਂ ਹੋ ਰਹੇ ਹਨ, ਲੰਗਰ ਅਥਾਹ ਲੱਗ ਰਹੇ ਹਨ, ਸਮਾਗਮ ਬਹੁਤ ਹੋ ਰਹੇ ਹੈ, ਧਰਮ ਪ੍ਰਚਾਰ ਦੇਖਣ ਨੂੰ ਇਹ ਲੱਗਦਾ ਕਿ ਬਹੁਤ ਵਿਆਪਕ ਪੈਮਾਨੇ 'ਤੇ ਹੋ ਰਿਹਾ, ਧਰਮ ਪ੍ਰਚਾਰਕਾਂ ਦੀ ਗਿਣਤੀ ਦਾ ਕੋਈ ਅੰਤ ਨਹੀਂ। ਸੰਗਤਾਂ ਬਹੁਤ ਵੱਡੀ ਗਿਣਤੀ 'ਚ ਦੀਵਾਨਾਂ ਦੇ ਵਿੱਚ ਹਾਜ਼ਰ ਹੋ ਰਹੀਆਂ ਹਨ। ਸੋ ਇਹ ਜੋ ਸਾਰੀ ਸਰਗਰਮੀ ਹੈ ਉਸ ਤੋਂ ਸਾਨੂੰ ਇਹ ਪ੍ਰਭਾਵ ਬਣ ਸਕਦਾ ਜਾਂ ਬਣਨਾ ਚਾਹੀਦਾ ਕਿ ਕੌਮ ਦੇ ਵਿੱਚ ਜਾਗਰਤੀ ਆਈ ਹੈ, ਧਰਮ ਪ੍ਰਤੀ ਪਿਆਰ ਪੈਦਾ ਹੋਇਆ ਅਤੇ ਪਹਿਲਾਂ ਦੇ ਮੁਕਾਬਲੇ ਸਿੱਖ ਜ਼ਿਆਦਾ ਜਾਗਰੂਕ ਅਤੇ ਚੇਤੰਨ ਹੋਇਆ ਅਤੇ ਧਰਮ ਦੇ ਨਾਲ ਜੁੜ ਰਿਹਾ, ਜੋ ਪ੍ਰਭਾਵ ਬਣਦਾ ਇਹ ਸਾਰੀ ਸਰਗਰਮੀ ਨੂੰ ਦੇਖ ਕੇ। ਪਰ ਇੱਥੇ ਥੋੜ੍ਹਾ ਸੋਚਣ ਵਾਲੀ ਗੱਲ ਹੈ ਕਿ ਸਿੱਖ ਨੇ ਜਦੋਂ ਇਹ ਦੇਖਣਾ ਕਿ ਅਸੀਂ ਪਹਿਲਾਂ ਦੇ ਮੁਕਾਬਲੇ ਅੱਗੇ ਨੂੰ ਗਏ ਹਾਂ ਜਾਂ ਪਿੱਛੇ ਨੂੰ ਗਏ ਹਾਂ ਤਾਂ ਸਾਡੇ ਪੈਮਾਨੇ ਆਪਣੇ ਨੇ, ਦੂਜੇ ਲੋਕਾਂ ਵਾਲੇ ਪੈਮਾਨਿਆਂ ਨਾਲ ਅਸੀਂ ਨਹੀਂ ਦੇਖ ਸਕਦੇ ਕਿ ਅਸੀਂ ਤਰੱਕੀ ਕੀਤੀ ਹੈ ਜਾਂ ਪਿੱਛੇ ਨੂੰ ਗਏ ਹਾਂ, ਕਿਉਂਕਿ ਹਰ ਕੌਮ ਦਾ ਆਪੋ ਆਪਣਾ ਨਜ਼ਰੀਆ ਹੁੰਦਾ ਹੈ। ਜਿਹਨੂੰ ਵਿਕਾਸ ਕਹਿੰਦੇ ਆ, ਡਿਵੈਲਪਮੈਂਟ ਕਹਿੰਦੇ ਆ, ਸੁਖਬੀਰ ਸਿੰਘ ਬਾਦਲ ਦਾ ਇੱਕ ਆਪਦਾ ਨਜ਼ਰੀਆ ਹੈ ਕਿ ਜੇ ਸੜਕਾਂ ਬਣ ਗਈਆਂ, ਫਲਾਈਓਵਰ ਬਣ ਗਏ, ਹਵਾਈ ਅੱਡੇ ਬਣ ਗਏ, ਝੀਲਾਂ ਬਣ ਗਈਆਂ, ਥਰਮਲ ਪਲਾਂਟ ਲੱਗ ਗਏ, ਮਲਟੀਪਲੈਕਸ ਬਣ ਗਏ ਤਾਂ ਜਿਹਦਾ ਮਤਲਬ ਤਰੱਕੀ ਹੋ ਗਈ। ਸੋ ਇਹ ਨਜ਼ਰੀਆ ਮਾਪਣ ਦਾ ਕਿ ਅਸੀਂ ਤਰੱਕੀ ਕੀਤੀ ਹੈ ਜਾਂ ਅਸੀਂ ਪਿੱਛੇ ਨੂੰ ਗਏ ਹਾਂ, ਇਹ ਅਸੀਂ ਆਪਣੇ ਗੁਰਮਤ ਦੀ ਰੋਸ਼ਨੀ ਦੇ ਵਿੱਚ ਦੇਖਣਾ ਹੈ। ਸਿੱਖ ਨੇ ਜਦੋਂ ਤਰੱਕੀ ਦੀ ਗੱਲ ਕਰਨੀ ਹੈ ਕਿ ਕੌਮ ਨੇ, ਸਿੱਖਾਂ ਨੇ ਜਾਂ ਪੰਥ ਨੇ ਪਹਿਲਾਂ ਦੇ ਮੁਕਾਬਲੇ ਤਰੱਕੀ ਕੀਤੀ ਹੈ ਤਾਂ ਉਹਦੇ ਵਾਸਤੇ ਦੇਖਣਾ ਪਊ ਕਿ ਸਿੱਖੀ ਗੁਣਾਂ ਵਿੱਚ ਵਾਧਾ ਹੋਇਆ ਕਿ ਨਹੀਂ ਹੋਇਆ। ਗੁਰਦੁਆਰੇ ਜ਼ਿਆਦਾ ਬਣ ਜਾਣੇ, ਸੰਗਤਾਂ ਦਾ ਜ਼ਿਆਦਾ ਆਉਣਾ, ਧਰਮ ਪ੍ਰਚਾਰ ਬਹੁਤ ਵੱਡੀ ਪੱਧਰ 'ਤੇ ਚੱਲਣਾ, ਗੁਰਮਤਿ ਸਮਾਗਮਾਂ ਦੀ ਜੇ ਦੇਖੋ ਪੰਜਾਬ ਦੇ ਵਿੱਚ ਜਾਂ ਬਾਹਰ ਵੀ ਕੋਈ ਹਿਸਾਬ ਹੀ ਨਹੀਂ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਸਿੱਖੀ ਗੁਣਾਂ ਦੇ ਵਿੱਚ ਵਾਧਾ ਹੋਇਆ ਕਿ ਨਹੀਂ ਹੋਇਆ। ਸੋ ਸਿੱਖੀ ਗੁਣਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹਨੂੰ ਥੋੜ੍ਹਾ ਠੋਸ ਰੂਪ 'ਚ ਦੇਖਣਾ ਪਊ
ਕਿ ਉਹ ਤੋਂ ਸਾਡਾ ਭਾਵ ਕੀ ਹੈ। ਕਿਉਂਕਿ ਸਿੱਖ ਨੇ ਜਦੋਂ ਇਹ ਦੇਖਣਾ ਕਿ ਅਸੀਂ ਪਹਿਲਾਂ ਦੇ ਮੁਕਾਬਲੇ ਜਾਗਰੂਕ ਹੋਏ ਹਾਂ ਕਿ ਨਹੀਂ ਹੋਏ, ਸਾਡਾ ਗਿਆਨ ਵਧਿਆ ਕਿ ਨਹੀਂ ਵਧਿਆ, ਤਾਂ ਇੱਥੇ ਫਿਰ ਸਿੱਖ ਦਾ ਇੱਕ ਆਪਣਾ ਨਜ਼ਰੀਆ, ਇੱਕ ਦੁਨਿਆਵੀ ਗਿਆਨ ਹੁੰਦਾ, ਇੱਕ ਆਤਮ ਗਿਆਨ ਹੁੰਦਾ। ਦੁਨਿਆਵੀ ਗਿਆਨ ਸਾਰੀ ਦੁਨੀਆ ਗ੍ਰਹਿਣ ਕਰ ਰਹੀ ਹੈ ਕਿ ਨਵੇਂ ਸਿਧਾਂਤ ਆ ਰਹੇ ਨੇ, ਨਵੀਂ ਵਿੱਦਿਆ ਆ ਰਹੀ ਹੈ, ਉਹ ਸਾਰੇ ਕੁਛ ਬਾਰੇ ਤੁਹਾਨੂੰ ਸੰਸਾਰ ਬਾਰੇ ਪਤਾ ਲੱਗਦਾ, ਸੰਸਾਰ 'ਚ ਹੋ ਰਹੀਆਂ ਖੋਜਾਂ। ਇਹ ਵੀ ਜ਼ਰੂਰੀ ਹੈ ਦੁਨਿਆਵੀ ਗਿਆਨ ਨੂੰ ਕੁਛ ਹਾਸਿਲ ਕਰਨਾ ਸਿੱਖ ਵਾਸਤੇ, ਪਰ ਇਸ ਤੋਂ ਕਿਤੇ ਵੱਧ ਜ਼ਰੂਰੀ ਹੈ ਆਤਮ ਗਿਆਨ, ਜਾਂ ਗੁਰੂ ਘਰ ਦੀ ਵਿੱਦਿਆ ਜਿਹਨੂੰ ਅਸੀਂ ਕਹਿ ਸਕਦੇ ਹਾਂ। ਇੱਕ ਦੁਨਿਆਵੀ ਵਿੱਦਿਆ, ਇੱਕ ਗੁਰੂ ਘਰ ਦੀ ਵਿੱਦਿਆ। ਸੋ ਸੰਤ ਆਤਰ ਸਿੰਘ ਜੀ ਮਸਤੂਆਂ ਨਾਲ ਕਹਿੰਦੇ ਸੀ ਕਿ ਸਿੱਖ ਵਾਸਤੇ ਦੁਨਿਆਵੀ ਗਿਆਨ ਹਾਸਲ ਕਰਨਾ ਵੀ ਜ਼ਰੂਰੀ ਹੈ, ਪਰ ਜੇ ਸਿੱਖ ਆਤਮ ਗਿਆਨ ਨਹੀਂ ਨਾਲ ਹਾਸਲ ਕਰੂ ਤਾਂ ਜਿਹੜਾ ਦੁਨਿਆਵੀ ਗਿਆਨ ਹੈ ਉਹਦਾ ਉਲਟਾ ਅਸਰ ਵੀ ਹੋ ਸਕਦਾ ਹੈ। ਕਿਉਂਕਿ ਗਿਆਨ ਹਉਮੈ ਵੀ ਪੈਦਾ ਕਰਦਾ, ਅਤੇ ਜੇ ਹਉਮੈ ਵੱਧਦੀ ਹੈ ਤਾਂ ਇਹਦੇ ਨਾਲ ਸਿੱਖੀ ਕਿਰਦਾਰ ਨੂੰ ਢਾਹ ਲੱਗਦੀ ਹੈ। ਸੋ ਅਸੀਂ ਗਿਆਨ ਨੂੰ ਜਦੋਂ ਅਸੀਂ ਆਤਮ ਗਿਆਨ ਦੀ ਗੱਲ ਕਰਦੇ ਹਾਂ ਕਿ ਕੀ ਸਿੱਖ ਪਹਿਲਾਂ ਦੇ ਮੁਕਾਬਲੇ, ਅੱਜ ਤੋਂ 20-25 ਸਾਲ ਪਹਿਲਾਂ ਦੇ ਮੁਕਾਬਲੇ, ਅੱਜ ਜ਼ਿਆਦਾ ਆਤਮਕ ਤੌਰ 'ਤੇ ਜਾਗਰੂਕ ਹੋਇਆ ਕਿ ਨਹੀਂ ਹੋਇਆ, ਤਾਂ ਉਹ ਇਸ ਗੱਲ ਤੋਂ ਪਤਾ ਲੱਗੂ। ਕਿਉਂਕਿ ਜਦੋਂ ਆਤਮਕ ਤੌਰ 'ਤੇ ਜਾਗਰੂਕ ਹੋਊ, ਆਤਮ ਗਿਆਨ ਹੋਊ ਕਿਸੇ ਸਿੱਖ ਨੂੰ, ਤਾਂ ਜਿਹੜੇ ਮਨੋ ਵਿਕਾਰ ਹੈ ਉਹ ਘਟਣਗੇ, ਜਿਹਦਾ ਮਤਲਬ ਹਉਮੈ ਘਟੂ, ਲੋਭ ਘਟੂ, ਗੁੱਸਾ ਘਟੂ, ਨਫ਼ਰਤ ਘਟੂ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਕਮੀ ਹੋਣੀ ਚਾਹੀਦੀ ਹੈ, ਤਾਂ ਅਸੀਂ ਕਹਿ ਸਕਦੇ ਹਾਂ। ਹੁਣ ਤੁਸੀਂ ਇਸ ਦ੍ਰਿਸ਼ਟੀ ਤੋਂ ਮੈਨੂੰ ਬਹੁਤਾ ਬੋਲਣ ਦੀ ਲੋੜ ਨਹੀਂ, ਤੁਸੀਂ ਥੋੜ੍ਹਾ ਅੱਖਾਂ ਖੋਲ੍ਹ ਕੇ ਦੇਖਣ ਦੀ ਕੋਸ਼ਿਸ਼ ਕਰੋ ਕਿ ਕੀ ਪਹਿਲਾਂ ਦੇ ਮੁਕਾਬਲੇ, ਅੱਜ ਤੋਂ 25-30 ਸਾਲ ਪਹਿਲਾਂ, ਜਦੋਂ ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨ ਉੱਠ ਕੇ ਕੌਮ ਵਾਸਤੇ ਸ਼ਹੀਦ ਹੋਣ ਲਈ ਤਿਆਰ ਹੋ ਗਏ ਸੀ, ਕਿੰਨੇ ਜ਼ੁਲਮ ਝੱਲੇ ਪਰਿਵਾਰਾਂ ਨੇ, ਉਸ ਤੋਂ ਬਾਅਦ ਜਿਹੜਾ ਅੱਜ ਦੀ ਸਾਡਾ ਸਮਾਜ ਬਣਿਆ ਹੋਇਆ ਪੰਥ, ਕੀ ਉਹਦੇ ਵਿੱਚ ਪਹਿਲਾਂ ਦੇ ਮੁਕਾਬਲੇ ਲੋਭ ਮਾਇਆ ਦਾ, ਦੌਲਤ ਦਾ, ਉਹ ਘਟਿਆ ਕਿ ਵਧਿਆ? ਕ੍ਰੋਧ ਵਧਿਆ ਕਿ ਘਟਿਆ? ਹਉਮੈ ਪਹਿਲਾਂ ਦੇ ਮੁਕਾਬਲੇ ਵਧੀ ਹੈ ਕਿ ਘਟੀ ਹੈ? ਇਹ ਚੀਜ਼ਾਂ ਸੋਚਣ ਦੀ ਲੋੜ ਹੈ। ਕਿਉਂਕਿ ਮੈਨੂੰ ਪਿਛਲੇ ਕੁਛ ਸਾਲਾਂ ਤੋਂ, ਮੈਂ ਵੀ ਇਸੇ ਕੰਮ ਦੇ ਵਿੱਚ ਲੱਗਿਆ ਹੋਇਆ, ਕੁਛ ਕਿਤਾਬਾਂ ਵੀ ਲਿਖ ਰਿਹਾ, ਜਗ੍ਹਾ ਜਗ੍ਹਾ ਜਾ ਕੇ ਬੋਲਦੇ ਵੀ ਹਾਂ, ਯੂਟਿਊਬ 'ਤੇ ਵੀ ਬੜੇ ਲੈਕਚਰ, ਮਤਲਬ ਕਹਿੰਦੇ ਆ ਲੋਕ ਕਿ ਬਹੁਤ ਸੁਣੇ ਜਾ ਰਹੇ ਨੇ। ਤੋ ਮੇਰੇ ਵਾਸਤੇ ਵੀ ਇਹ ਸਵਾਲ ਖੜ੍ਹਾ ਹੋ ਗਿਆ ਕਿ ਇਹ ਸੋਚਿਆ ਤਾਂ ਜਾਵੇ ਕਿ ਇਹ ਉਹਦਾ ਅਸਰ ਕੀ ਹੋ ਰਿਹਾ ਸਿੱਖਾਂ ਦੇ ਕਿਰਦਾਰ ਦੇ ਪੱਖੋਂ, ਕਿ ਸਿੱਖਾਂ ਦੇ ਵਿੱਚ ਇਖਲਾਕੀ ਗੁਣ ਪੈਦਾ ਹੋ ਰਹੇ ਨੇ ਕਿ ਨਹੀਂ ਹੋ ਰਹੇ ਇਸ ਪ੍ਰਚਾਰ ਨੂੰ ਸੁਣ ਕੇ। ਇਹ ਇਕੱਲਾ ਮੇਰੇ ਵਾਸਤੇ ਨਹੀਂ ਮਸਲਾ, ਮਤਲਬ ਮੇਰੀ ਤਾਂ ਇਹ ਧਾਰਨਾ ਕਿ ਅੱਜ ਹਰ ਧਰਮ ਪ੍ਰਚਾਰਕ ਨੂੰ, ਹਰ ਰਾਜਸੀ ਆਗੂ ਨੂੰ, ਹਰ ਧਾਰਮਿਕ ਹਸਤੀ ਨੂੰ, ਹਰ ਰਾਗੀ ਨੂੰ, ਹਰ ਕਥਾਵਾਚਕ ਨੂੰ ਬਹੁਤ ਠੰਡੇ ਦਿਮਾਗ ਨਾਲ ਸੋਚਣਾ ਚਾਹੀਦਾ ਹੈ ਕਿ ਜੋ ਕੁਛ ਅਸੀਂ ਕਰੀ ਜਾ ਰਹੇ ਹਾਂ ਉਹਦਾ ਠੀਕ ਸਿੱਟਾ ਨਿਕਲ ਰਿਹਾ ਕਿ ਨਹੀਂ ਨਿਕਲ ਰਿਹਾ। ਜੇ ਸਿੱਟਾ ਕੋਈ ਨਹੀਂ, ਪ੍ਰਾਪਤੀ ਕੋਈ ਨਹੀਂ ਨਿਕਲ ਰਹੀ, ਹਾਜ਼ਰੀ ਵੱਧ ਰਹੀ ਹੈ, ਤੁਹਾਡੀ ਮਹਿਮਾ ਵਧੀ ਜਾ ਰਹੀ ਹੈ, ਪਰ ਕੌਮ ਤਰੱਕੀ ਨਹੀਂ ਕਰ ਰਹੀ, ਤੁਸੀਂ ਕੁਛ 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 ਪ੍ਰਚਾਰਕ ਤਰੱਕੀ ਕਰ ਸਕਦੇ ਨੇ, ਕੁਛ ਵਿਦਵਾਨ ਤਰੱਕੀ ਕਰ ਸਕਦੇ ਹੈ, ਕਿ ਕੌਮ ਤਰੱਕੀ ਕਰ ਰਹੀ ਹੈ ਕਿ ਨਹੀਂ ਕਰ ਰਹੀ? ਜੇ ਨਹੀਂ ਕਰ ਰਹੀ ਤਾਂ ਇਹ ਸਵਾਲ ਸੋਚਣ ਵਾਲਾ ਕਿ ਗੜਬੜ ਕਿੱਥੇ ਹੈ? ਗੜਬੜ ਲੋਕਾਂ 'ਚ ਹੈ ਕਿ ਸਾਡੇ 'ਚ ਹੈ? ਜਾਂ ਪ੍ਰਚਾਰ ਦਾ ਤਰੀਕਾ ਜੋ ਅੱਜ ਅਸੀਂ ਧਾਰਨ ਕੀਤਾ ਹੋਇਆ, ਉਹ ਪ੍ਰਚਾਰ ਦੇ ਤਰੀਕੇ 'ਚ ਤਾਂ ਕਿਤੇ ਕੋਈ ਗੜਬੜ ਤਾਂ ਨਹੀਂ? ਕਿਉਂਕਿ ਪਹਿਲਾਂ ਦੇ ਮੁਕਾਬਲੇ ਸਾਨੂੰ ਦੇਖਣਾ ਪਊ ਕਿ ਸਾਡੀ ਪਰੰਪਰਾ ਕੀ ਹੈ, ਸਾਡਾ ਇਤਿਹਾਸ ਕੀ ਹੈ, ਪਹਿਲਾਂ ਪ੍ਰਚਾਰ ਕਿਸ ਤਰ੍ਹਾਂ ਹੁੰਦਾ ਸੀ, ਅੱਜ ਪ੍ਰਚਾਰ ਕਿਸ ਤਰ੍ਹਾਂ ਹੁੰਦਾ। ਸੋ ਸਿੱਖੀ ਦਾ ਪ੍ਰਚਾਰ ਗੁਰੂ ਨਾਨਕ ਸਾਹਿਬ ਦੇ ਨਾਲ ਹੀ ਸ਼ੁਰੂ ਹੋ ਗਿਆ ਸੀ।
ਅਤੇ ਸਾਰੇ ਇਤਿਹਾਸ ਦੇ ਵਿੱਚ ਹੀ ਪ੍ਰਚਾਰ ਹੁੰਦਾ ਆਇਆ ਪਰ ਪ੍ਰਚਾਰ ਪੇਸ਼ਾ ਕਦੇ ਨਹੀਂ ਸੀ ਬਣਿਆ ਸੱਚੇ ਹਿਰਦੇ 'ਚੋਂ ਨਿਕਲਦਾ ਸੀ ਪਹਿਲਾਂ ਬੰਦੇ ਜਿਹੜੇ ਪ੍ਰਚਾਰ ਕਰਨ ਤੁਰਦੇ ਸੀ ਉਹ ਆਪ ਪਹਿਲਾਂ ਉਹ ਗੁਣ ਧਾਰਨ ਕਰਦੇ ਸੀ ਫਿਰ ਹੀ ਉਹਨਾਂ ਨੂੰ ਹੱਕ ਮਿਲਦਾ ਸੀ ਜਾ ਕੇ ਕਿ ਉਹ ਦੂਜਿਆਂ ਨੂੰ ਕੋਈ ਸਿੱਖਿਆ ਦੇਣ ਜਿਹੜਾ ਗੁਣ ਮੇਰੇ 'ਚ ਨਹੀਂ ਜੇ ਮੈਂ ਲੋਕਾਂ ਨੂੰ ਉਹ ਕਹਾਂ ਕਿ ਤੁਹਾਡੇ 'ਚ ਆਹ ਗੁਣ ਹੋਣਾ ਚਾਹੀਦਾ ਜਾਂ ਜਿਹੜੇ ਔਗਣ ਮੇਰੇ 'ਚ ਪਏ ਨੇ ਲੋਕਾਂ ਦੇ ਮੈਂ ਉਹ ਔਗਣਾਂ ਨੂੰ ਇੱਥੇ ਭੰਡੀ ਜਾਵਾਂ ਲੋਕਾਂ ਨੂੰ ਹੀਣੇ ਦਿਖਾਉਣ ਵਾਸਤੇ ਤਾਂ ਇਹ ਦੰਭ ਹੈ ਪ੍ਰਚਾਰ ਨਹੀਂ ਸੋ ਸਿੱਖੀ ਦੇ ਵਿੱਚ ਦੰਭ ਦੀ ਕੋਈ ਜਗ੍ਹਾ ਨਹੀਂ ਬਿਲਕੁਲ ਹੀ ਜਾਂ ਸਿੱਖੀ ਹੋਊ ਜਾਂ ਦੰਭ ਹੋਊ ਇਹ ਦੋਵੇਂ ਚੀਜ਼ਾਂ ਇਕੱਠੀਆਂ ਨਹੀਂ ਚੱਲ ਸਕਦੀਆਂ ਇਸੇ ਕਰਕੇ ਗੁਰਬਾਣੀ ਦੇ ਵਿੱਚ ਦੰਭ ਨੂੰ ਪਖੰਡ ਨੂੰ ਕਰਮ ਕਾਂਡ ਨੂੰ ਬਹੁਤ ਪੜਚੋਲ ਕੀਤੀ ਗਈ ਹੈ ਸੋ ਇਸ ਕਰਕੇ ਪਹਿਲੇ ਜ਼ਮਾਨੇ ਦੇ ਵਿੱਚ ਜੋ ਪ੍ਰਚਾਰ ਹੁੰਦਾ ਸੀ ਉਹ ਇਸ ਤਰ੍ਹਾਂ ਨਹੀਂ ਸੀ ਹੁੰਦਾ ਕਿ ਕੁਛ ਬੰਦੇ ਨੇ ਕਿਤਾਬਾਂ ਪੜ੍ਹੀਆਂ ਸਟੇਜ 'ਤੇ ਆ ਗਿਆ ਅਤੇ ਲੋਕਾਂ ਨੂੰ ਆ ਕੇ ਉਪਦੇਸ਼ ਦੇਣੇ ਸ਼ੁਰੂ ਕਰਤੇ ਉਹ ਪਹਿਲਾਂ ਉਹਦਾ ਆਪਦਾ ਇਖਲਾਕ ਉਹਦਾ ਆਪਦਾ ਆਚਰਨ ਬਦਲਦਾ ਸੀ ਉਹਦੇ ਵਿੱਚੋਂ ਲੋਕਾਂ ਨੂੰ ਇੱਕ ਰੂਹਾਨੀਅਤ ਦੇ ਦਰਸ਼ਨ ਹੁੰਦੇ ਸੀ ਉਹਦੇ ਚਿਹਰੇ 'ਚੋਂ ਉਹਦੀ ਸ਼ਖਸੀਅਤ 'ਚੋਂ ਉਹਦੀ ਹਸਤੀ 'ਚੋਂ ਉਹਦੀ ਸ਼ੋਅ ਨਾਲ ਹੀ ਲੋਕ ਸਿੱਖ ਬਣ ਜਾਂਦੇ ਸੀ ਕਿ ਜਿੱਥੇ ਉਹ ਜਾ ਕੇ ਬਹਿੰਦੇ ਸੀ ਜਿੱਥੇ ਗੱਲ ਕਰਦੇ ਸੀ ਬਹੁਤਾ ਉੱਚੀ ਬੋਲਣ ਦੀ ਵੀ ਲੋੜ ਨਹੀਂ ਸੀ ਪੈਂਦੀ ਉਹਨਾਂ ਸਮਿਆਂ 'ਚ ਲਾਊਡ ਸਪੀਕਰ ਵੀ ਨਹੀਂ ਸੀ ਹੁੰਦੇ ਬੈਠ ਕੇ ਵਿਚਾਰਾਂ ਹੁੰਦੀਆਂ ਸੀ ਕਿਤੇ 5 ਬੰਦੇ ਆ ਕਿਤੇ 10 ਹੈ ਕਿਤੇ 20 ਹੈ ਐਡੀਆਂ ਵੱਡੀਆਂ ਗਿਣਤੀਆਂ ਐਡੀਆਂ ਭੀੜਾਂ ਇਹ ਵੀ ਨਹੀਂ ਸੀ ਸੋ ਮੈਨੂੰ ਇੱਕ ਨੌਜਵਾਨ ਮਨਧੀਰ ਸਿੰਘ ਆ ਤੁਸੀਂ ਜਾਣਦੇ ਹੋਵੋਗੇ ਪੰਜਾਬ 'ਚ ਉਹਦੀ ਉਹਨੇ ਇੱਕ ਵਾਰ ਕਿਤੇ ਬੋਲਦੇ ਨੇ ਗੱਲ ਸੁਣਾਈ ਸੀ ਮੈਨੂੰ ਬਹੁਤ ਉਹ ਚੰਗੀ ਲੱਗੀ ਉਹਦੀ ਗੱਲ ਉਹ ਕਹਿੰਦਾ ਵੀ ਮੈਂ ਪਾਕਿਸਤਾਨ 'ਚ ਗਿਆ ਜਥੇ ਦੇ ਨਾਲ ਉੱਥੇ ਜਾ ਕੇ ਦੇਖਿਆ ਕਿ ਨਨਕਾਣਾ ਸਾਹਿਬ ਦੇ ਵਿੱਚ ਜੋ ਗੁਰਦੁਆਰਾ ਸਾਡਾ ਜਨਮ ਸਥਾਨ ਉਹਦੀ ਜਾਇਦਾਦ 1000 ਏਕੜ ਜ਼ਮੀਨ ਹੈ ਸਾਰਿਆਂ ਨੂੰ ਪਤਾ ਹੈ ਬਹੁਤ ਵੱਡੀ ਜਾਇਦਾਦ ਹੈ ਪਰ ਜਿਹੜਾ ਗੁਰਦੁਆਰਾ ਸਾਹਿਬ ਦਾ ਦਰਬਾਰ ਹਾਲ ਦਰਬਾਰ ਸਾਹਿਬ ਹੈ ਉਹ ਬਹੁਤ ਹੀ ਛੋਟਾ ਹੈ ਅਤੇ ਇਸ ਤਰ੍ਹਾਂ ਉਹ ਕਹਿੰਦਾ ਵੀ ਮੈਂ ਹੋਰ ਵੀ ਦੇਖੇ ਗੁਰਦੁਆਰੇ ਉੱਥੇ 3-4 ਜਿੰਨੇ ਕਿ ਵੀ ਇਤਿਹਾਸਿਕ ਗੁਰਦੁਆਰੇ ਸੀ ਸਾਰਿਆਂ ਦੇ ਜੋ ਦਰਬਾਰ ਬੜੇ ਹਾਲ ਛੋਟੇ ਸੀਗੇ ਅਤੇ ਉਹ ਕਹਿੰਦਾ ਮੈਂ ਕਿਸੇ ਪੁਰਾਣੇ ਉੱਥੇ ਸਿੱਖ ਤੋਂ ਪੁੱਛਿਆ ਕਿ ਇਹ ਕੀ ਗੱਲ ਹੈ ਇੰਨੀ ਜ਼ਮੀਨ ਜਾਇਦਾਦ ਆ ਗੁਰਦੁਆਰਿਆਂ ਦੇ ਨਾਂ ਇਹ ਜਗ੍ਹਾ ਛੋਟੀ ਕਿਉਂ ਬਣਾਈ ਹੈ ਅਤੇ ਉਸ ਗੁਰਸਿੱਖ ਨੇ ਜੋ ਜਵਾਬ ਦਿੱਤਾ ਉਹ ਬੜਾ ਮਹੱਤਵਪੂਰਨ ਹੈ ਉਹ ਕਹਿੰਦਾ ਵੀ ਜੋ ਗੁਰਦੁਆਰਾ ਬਣਾਏ ਜਾਂਦੇ ਸੀ ਜਾਂ ਦਰਬਾਰ ਜਿੱਥੇ ਬੈਠਣ ਵਾਸਤੇ ਉਹ ਤਾਂ ਗੁਰੂ ਸਾਹਿਬ ਨੇ ਸੰਗਤ ਵਾਸਤੇ ਬਣਾਏ ਸੀ ਅਤੇ ਸੰਗਤ ਤਾਂ ਇੰਨੀ ਕੀ ਹੁੰਦੀ ਹੈ ਭੀੜਾਂ ਵਾਸਤੇ ਨਹੀਂ ਸੀ ਹਾਲ ਬਣਦੇ ਭੀੜਾਂ ਵਾਸਤੇ ਵੱਡੇ ਵੱਡੇ ਹਾਲ ਸੋ ਉਦੋਂ ਭੀੜਾਂ ਨਹੀਂ ਸੀ ਜੁੜਦੀਆਂ ਹੁੰਦੀਆਂ ਗੁਰਦੁਆਰਿਆਂ 'ਚ ਸੰਗਤ ਜੁੜਦੀ ਸੀ ਉਹ ਉਸ ਭਾਵਨਾ ਨਾਲ ਬਹਿੰਦੇ ਸੀ ਅਤੇ ਉੱਥੇ ਉਪਦੇਸ਼ ਦੇਣ ਵਾਲਾ ਵੀ ਪਹਿਲਾਂ ਆਪ ਉਹਦਾ ਆਤਮਿਕ ਕਾਇਆ ਕਲਪ ਹੋ ਚੁੱਕਿਆ ਹੁੰਦਾ ਸੀ ਜਿਹੜੇ ਔਗਣਾਂ ਤੋਂ ਖੁਦ ਮੁਕਤ ਹੋ ਚੁੱਕਿਆ ਹੁੰਦਾ ਸੀ ਉਹ ਉਹਨਾਂ ਬਾਰੇ ਗੱਲ ਕਰਦਾ ਸੀ ਅਤੇ ਬਹੁਤੀ ਗੱਲ ਕਰਨ ਦੀ ਵੀ ਦੱਸਣ ਦੀ ਲੋੜ ਨਹੀਂ ਸੀ ਪੈਂਦੀ ਉਹਦੀ ਸ਼ਖਸੀਅਤ ਦੇ ਵਿੱਚੋਂ ਝਲਕ ਮਿਲ ਜਾਂਦੀ ਸੀ ਉਹਦੇ ਬੋਲਾਂ 'ਚੋਂ ਹੀ ਕਿ ਉਹ ਕਿੱਥੋਂ ਬੋਲ ਰਿਹਾ ਸੋ ਇਹ ਹੁਣ ਜਿਹੜਾ ਸਾਡੇ ਅੱਜ ਚੱਲ ਰਿਹਾ ਸਾਰਾ ਕੁਛ ਮੈਂ ਕਿਸੇ ਖਾਸ ਬੰਦੇ ਦੀ ਜਾਂ ਕਿਸੇ ਖਾਸ ਵਰਗ ਦੀ ਨੁਕਤਾਚੀਨੀ ਨਹੀਂ ਕਰਦਾ ਕਿਉਂਕਿ ਬੰਦੇ ਨਿੰਦਣੇ ਬੜੇ ਸੌਖੇ ਹੈ ਗਲਤਾਂ ਜੋ ਮਰਜ਼ ਪੈਦਾ ਹੋ ਗਈ ਉਹਦੀ ਜੜ ਦੇਖਣ ਦੀ ਲੋੜ ਹੈ ਕਿ ਜੇ ਅਸੀਂ ਇਸੇ ਭੁਲੇਖੇ 'ਚ ਇਸ ਤਰ੍ਹਾਂ ਹੀ ਤੁਰੇ ਗਏ ਹੋਰ 50 ਸਾਲ 20 ਸਾਲ 30 ਸਾਲ 50 ਸਾਲ ਪ੍ਰਭਾਵ ਇਹ ਮਨ ਦੇ ਵਿੱਚ ਭੁਲੇਖਾ ਇਹ ਬਣਿਆ ਰਹੂ ਕਿ ਸਾਡਾ ਬਹੁਤ ਸਰਗਰਮੀ ਚੱਲ ਰਹੀ ਹੈ ਵੱਡੇ ਵੱਡੇ ਨਗਰ ਕੀਰਤਨ ਹੋ ਰਹੇ ਨੇ ਬੜੇ ਸ਼ਾਨਦਾਰ ਲੰਗਰ ਸਜ ਰਹੇ ਨੇ ਗੱਤਕੇ ਖੇਡੇ ਜਾ ਰਹੇ ਨੇ ਗੁਰਮਤਿ ਸਮਾਗਮ ਜਿੱਥੇ ਲੱਖਾਂ ਦੀ ਗਿਣਤੀ 'ਚ ਇਹ ਸਾਰਾ ਕੁਛ ਲੱਗੂ ਕਿ ਹੋ ਰਿਹਾ ਹੈ ਸੋਚਣ ਦੀ ਲੋੜ ਹੈ ਕਿ ਉਹ ਕਿ ਸਿੱਖ ਬਣ ਰਿਹਾ ਕਿ ਨਹੀਂ ਕੋਈ ਸਿੱਖੀ ਗੁਣ ਪੈਦਾ ਹੋ ਰਹੇ ਨੇ ਕਿ ਨਹੀਂ ਹੋ ਰਹੇ ਸੋ ਜੇ ਉਹ ਪੈਦਾ ਨਹੀਂ ਹੋ ਰਹੇ ਫਿਰ ਇਹ ਰੁਕ ਕੇ ਥੋੜ੍ਹਾ ਸੋਚਣ ਦੀ ਲੋੜ ਹੈ
ਵੀ ਇਹ ਸਾਰਾ ਕੁਛ ਦਾ ਫਾਇਦਾ ਕੀ ਹੈ ਫਿਰ ਇਹ ਤਾਂ ਮੈਂ ਗੱਲਾਂ ਕਰ ਰਿਹਾ ਵੈਸੇ ਗੱਲ ਕਰਨ ਦੀ ਲੋੜ ਨਹੀਂ ਸੀ ਕਿ ਇਹਨੂੰ ਚੰਗੀ ਵੀ ਨਹੀਂ ਲੱਗਣੀ ਕਿ ਜੇ ਤਾਂ ਅੰਦਰ ਦਰਦ ਹੈ ਕਿਤੇ ਕੌਮ ਪ੍ਰਤੀ ਫਿਰ ਤਾਂ ਇਹ ਗੱਲਾਂ ਸੋਚਣੀਆਂ ਪੈਣਗੀਆਂ ਕਿਉਂਕਿ ਬਹੁਤ ਲਹੂ ਡੁੱਲ ਚੁੱਕਿਆ ਜਿਨ੍ਹਾਂ ਦੇ ਨੌਜਵਾਨ ਪੁੱਤ ਮਰਿਆ ਉਹਨਾਂ ਨੂੰ ਪਤਾ ਹੈ ਇੱਕ ਪਰਿਵਾਰ ਨਹੀਂ ਲੱਖਾਂ ਪਰਿਵਾਰ ਇਫੈਕਟ ਹੋਏ ਨੇ ਸੋ ਇੰਨਾ ਖੂਨ ਡੋਲਣ ਤੋਂ ਬਾਅਦ ਜੇ ਅੱਜ ਵੀ ਅਸੀਂ ਚੜ੍ਹਦੀ ਕਲਾ 'ਚ ਨਹੀਂ ਪਹੁੰਚਦੇ ਤਾਂ ਫਿਰ ਉਹ ਖੂਨ ਕਾਹਦੇ ਵਾਸਤੇ ਡੁੱਲਿਆ ਸੀ ਇੰਨਾ ਸਾਨੂੰ ਕੀ ਹੱਕ ਹੈ ਸਟੇਜਾਂ ਤੋਂ ਅਸੀਂ ਉਹਨਾਂ ਬਾਰੇ ਗੱਲ ਕਰਕੇ ਲੋਕਾਂ ਤੋਂ ਵਾਹ 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 ਕਰਾਈਏ ਸ਼ਹੀਦ ਚੋਣਾਂ ਦਾ ਮੁੱਦਾ ਬਣਨ ਵਾਸਤੇ ਨਹੀਂ ਸੀ ਹੋਏ ਉਹ ਜੋ ਸ਼ਹਾਦਤਾਂ ਦਿੱਤੀਆਂ ਜਾਂਦੀਆਂ ਉਹ ਚੋਣਾਂ ਦੇ ਮੁੱਦੇ ਬਣਨ ਵਾਸਤੇ ਨਹੀਂ ਉਹਨਾਂ ਨੇ ਤਾਂ ਮਿਸਾਲਾਂ ਕਾਇਮ ਕਰਨੀਆਂ ਹੁੰਦੀਆਂ ਲੋਕਾਂ ਦੇ ਵਿੱਚ ਇੱਕ ਨਵਾਂ ਇਖਲਾਕ ਨਵਾਂ ਜਜ਼ਬਾ ਭਰਨਾ ਹੁੰਦਾ ਕਿਉਂਕਿ ਗੁਰੂਆਂ ਨੇ ਸਿਖਾਇਆ ਹੈ ਆਪ ਸੀਸ ਦੇ ਕੇ ਆਪ ਸਰਬੰਸ ਵਾਰ ਕੇ ਦਿਖਾਇਆ ਕਿ ਜੇ ਬੰਦੇ ਨੂੰ ਬਦਲਣਾ ਤਾਂ ਪਹਿਲਾਂ ਆਪ ਉਦਾਹਰਨ ਸਿਰਜਣੀ ਪਊਗੀ ਬੰਦਾ ਬਦਲਣਾ ਇੰਨਾ ਸੌਖਾ ਨਹੀਂ ਭੜਕਾਉਣਾ ਬਹੁਤ ਸੌਖਾ ਹੈ ਜੋਸ਼ ਦਿਵਾਉਣਾ ਇਹ ਤਾਂ ਥੋੜ੍ਹੀ ਜਿਹੀ ਵੀ ਕਲਾ ਕਿਸੇ ਬੁਲਾਰੇ 'ਚ ਆ ਗਈ ਤਾਂ ਉਹ ਮੌਕੇ ਦੇ ਉੱਤੇ ਬਹੁਤ ਵਾਹ 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 ਕਰਵਾ ਸਕਦਾ ਬਹੁਤ ਸੋਹਣਾ ਬੋਲੇ ਜੀ ਬਹੁਤ ਸੋਹਣਾ ਬੋਲੇ ਸੋ ਜਜ਼ਬਿਆਂ ਨੂੰ ਭੜਕਾਉਣਾ ਇਹ ਤਾਂ ਬੜਾ ਸੌਖਾ ਕੰਮ ਹੈ ਪਰ ਕਿਰਦਾਰ ਬਦਲ ਦੇਣਾ ਬੰਦੇ ਦਾ ਜਿਵੇਂ ਗੁਰੂ ਸਾਹਿਬ ਨੇ ਆਪਾਂ ਨੂੰ ਪਤਾ ਹੈ ਕਿ ਕਿਹੋ ਜਿਹੇ ਬੰਦਿਆਂ ਨੂੰ ਸਹੀ ਰਾਹ 'ਤੇ ਲਿਆਂਦਾ ਸੱਜਣ ਠੱਗ ਕੌਡਾ ਰਾਕਸ਼ ਬਲੀ ਕੰਧਾਰੀ ਕਿੰਨੀਆਂ ਉਦਾਹਰਨਾਂ ਨੇ ਹੁਣ ਉਹ ਉਦਾਹਰਨਾਂ ਬਾਰੇ ਸਾਨੂੰ ਥੋੜ੍ਹਾ ਸੋਚਣਾ ਚਾਹੀਦਾ ਕਿ ਗੱਲ ਕੀ ਸੀ ਇੱਕ ਤਾਂ ਉਹਦੇ 'ਚੋਂ ਇਹ ਸਿੱਟਾ ਨਿਕਲਦਾ ਕਿ ਕੋਈ ਬੰਦਾ ਜਿੰਨਾ ਮਰਜ਼ੀ ਵੱਧ ਹੋਵੇ ਕਿਤੇ ਨਾ ਕਿਤੇ ਉਹਦੇ 'ਚ ਇਨਸਾਨੀਅਤ ਦਾ ਜਾਂ ਚੰਗਿਆਈ ਦਾ ਅੰਸ਼ ਪਿਆ ਹੁੰਦਾ ਕਿੰਨਾ ਵੀ ਮਾੜਾ ਬੰਦਾ ਕਿਉਂ ਨਾ ਹੋਵੇ ਉਹਦੇ 'ਚ ਕੋਈ ਨਾ ਕੋਈ ਚਿਣਗ ਤਾਂ ਉਹ ਪਈ ਹੈ ਜੇ ਉਹ ਚਿਣਗ ਨਾ ਹੁੰਦੀ ਤਾਂ ਉਹਨੂੰ ਕਿਵੇਂ ਬਦਲਿਆ ਜਾ ਸਕਦਾ ਸੀ ਦੂਜੀ ਗੱਲ ਕੋਈ ਕਿੰਨਾ ਵੀ ਚੰਗਾ ਬੰਦਾ ਕਿਉਂ ਨਾ ਹੋਵੇ ਉਹਦੇ 'ਚ ਕੋਈ ਨਾ ਕੋਈ ਊਨਤਾਈ ਅਤੇ ਬੁਰਿਆਈ ਉਹ ਅੰਸ਼ ਵੀ ਹੋਊਗਾ ਕਿਉਂਕਿ ਸਾਡਾ ਸਿਧਾਂਤ ਕਿ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਕਿ ਗੁਰੂ ਤੋਂ ਬਿਨਾਂ ਬਾਕੀ ਕਿਸੇ ਬੰਦੇ ਦੀ ਕਿੱਡੀ ਵੀ ਪ੍ਰਾਪਤੀ ਕਿਉਂ ਨਾ ਹੋਵੇ ਉਹਦੇ ਵਿੱਚ ਕੋਈ ਨਾ ਕੋਈ ਔਗਣ ਤਾਂ ਹੋਊਗੀ ਸੋ ਰੂਹਾਨੀ ਹਸਤੀਆਂ ਕੀ ਕਰਦੀਆਂ ਕਿ ਬੰਦੇ ਦੇ ਅੰਦਰ ਪਿਆ ਜੋ ਚੰਗਿਆਈ ਦਾ ਇਨਸਾਨੀਅਤ ਦਾ ਅੰਸ਼ ਹੈ ਉਸ ਨੂੰ ਪ੍ਰਫੁੱਲਿਤ ਕਰ ਦਿੰਦੇ ਆ ਜਾ ਕੇ ਆਪਣੀ ਸ਼ੋਹ ਦੇ ਨਾਲ ਜਜ਼ਬਾਤ ਭੜਕਾ ਕੇ ਨਹੀਂ ਉਹਦਾ ਪ੍ਰਭਾਵ ਹੀ ਇੰਨਾ ਪੈਂਦਾ ਇਹ ਹੁਣ ਅੱਜ ਗੱਲਾਂ ਸਾਨੂੰ ਓਪਰੀਆਂ ਲੱਗਦੀਆਂ ਕਿਉਂਕਿ ਸਾਨੂੰ ਦਿਸਦਾ ਕੋਈ ਨਹੀਂ ਇਹੋ ਜਿਹਾ ਬੰਦਾ ਵੀ ਆ ਕੇ ਬੋਲਿਆ ਹੋਵੇ ਅਤੇ ਇੱਕਦਮ ਲੋਕਾਂ ਦੇ ਉੱਤੇ ਪ੍ਰਭਾਵ ਛੱਡ ਗਿਆ ਹੋਵੇ ਅਤੇ ਲੋਕਾਂ ਦੇ ਮਨਾਂ 'ਚੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹਨੂੰ ਅਸੀਂ ਮਨੋਵਿਕਾਰ ਕਹਿੰਦੇ ਹਾਂ ਉਹ ਲੋਕ ਆਪਦੇ ਅੰਦਰ ਝਾਕਣ ਲੱਗ ਜਾਣ ਕਿ ਮੈਂ ਕੀ ਹਾਂ ਹੁਣ ਅਸੀਂ ਆਪਦੇ ਅੰਦਰ ਨਹੀਂ ਝਾਕ ਰਹੇ ਅਸੀਂ ਇੱਕ ਦੂਜੇ ਦੇ ਅੰਦਰ ਝਾਕ ਰਹੇ ਹਾਂ ਇੱਕ ਦੂਜੇ ਦੇ ਭੈੜ ਗਿਣਾ ਰਹੇ ਹਾਂ ਦੇਖ ਰਹੇ ਹਾਂ ਦੂਜੇ ਨੂੰ ਮਾੜਾ ਦਿਖਾ ਕੇ ਆਪ ਚੰਗਾ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਸਿੱਖੀ ਦਾ ਰਾਹ ਨਹੀਂ ਗੁਰਬਾਣੀ ਦੇ ਵਿੱਚ ਆਤਮ ਚੀਨਣ ਦਾ ਆਤਮ ਪੜਚੋਲ ਦਾ ਕਿੰਨੀ ਸਿੱਖਿਆ ਵਾਰ ਵਾਰ ਉਹਨਾਂ ਨੇ ਇਸ ਗੱਲ ਨੂੰ ਦੁਹਰਾਇਆ ਤਾਂ ਦ੍ਰਿੜ ਕਰਵਾਇਆ ਕਿ ਪਹਿਲਾਂ ਆਪ ਦੇਖੋ ਤੁਸੀਂ ਕੀ ਹੋ ਸੋ ਅੱਜ ਪੰਥ ਦੇ ਵਿੱਚ ਜਿਸ ਕਿਸਮ ਦੇ ਹਾਲਾਤ ਬਣੇ ਪਏ ਨੇ ਮੈਂ ਹੁਣੇ ਜਰਮਨੀ ਜਾ ਕੇ ਆਇਆ 15 ਕੁ ਦਿਨ ਮੈਂ ਉੱਥੇ ਲਾ ਕੇ ਆਇਆ ਤੁਸੀਂ ਸਾਰਿਆਂ ਨੇ ਖਬਰਾਂ ਪੜ੍ਹੀਆਂ ਦੇਖੀਆਂ ਕਿ ਕੀ ਕੁਛ ਵਾਪਰ ਰਿਹਾ ਪੰਥ ਦੇ ਵਿੱਚ ਵਿਚਾਰਾਂ ਦੇ ਬਖਰੇਵੇਂ ਹਮੇਸ਼ਾ ਹੀ ਰਹੇ ਨੇ ਅਤੇ ਰਹਿਣਗੇ ਇਹ ਹਾਲਾਤ ਕਦੇ ਵੀ ਨਹੀਂ ਹੋਣੇ ਕਿ ਸਾਰੇ ਬੰਦੇ ਇੱਕੋ ਹੀ ਤਰ੍ਹਾਂ ਸੋਚਣ ਲੱਗ ਜਾਣ
ਵਿਚਾਰਾਂ ਦੇ ਬਖਰੇਵੇਂ ਰਹਿਣਗੇ। ਸਾਨੂੰ ਗੁਰੂਆਂ ਨੇ ਇੱਕ ਸਲੀਕਾ, ਇੱਕ ਤਹਿਜੀਬ ਸਿਖਾਈ ਸੀ ਕਿ ਵਿਚਾਰਾਂ ਦੇ ਜਦੋਂ ਬਖਰੇਵੇਂ ਹੋਣ ਤਾਂ ਅਸੀਂ ਕੀ ਕਰਨਾ, ਉਹ ਕਿਵੇਂ ਹੱਲ ਕਰਨੇ, ਕਿਸ ਭਾਵਨਾ ਨਾਲ ਬੈਠਣਾ ਅਤੇ ਕਿਸ ਕਿਸਮ ਦੀ ਅਸੀਂ ਇੱਕ ਦੂਜੇ ਨਾਲ ਬੋਲਣਾ, ਕਿਵੇਂ ਉਹਨਾਂ ਤੋਂ ਅਸੀਂ ਅੱਗੇ ਵੱਧ ਕੇ ਏਕਤਾ ਹਾਸਲ ਕਰਨੀ ਹੈ। ਆਪਸੀ ਸਾਰੇ ਬਖਰੇਵਿਆਂ ਨੂੰ ਸਾਹਮਣੇ ਵਿਚਾਰ ਕੇ, ਕਿਉਂਕਿ ਉਦੋਂ ਵੀ ਤੁਹਾਨੂੰ ਪਤਾ ਹੈ ਕਿ ਕਿੰਨੇ ਗੁਰੂ ਸਾਹਿਬਾਨ ਅਤੇ ਉਹਨਾਂ ਦੇ ਪਰਿਵਾਰਾਂ ਵੱਲੋਂ ਹੀ ਹਮਲੇ ਹੋਏ ਸੀ। ਝੂਠੇ ਗੁਰੂ, ਝੂਠੀ ਬਾਣੀ, ਝੂਠੇ ਦਾਅਵੇ, ਪਖੰਡ ਸਭ ਕੁਛ ਸੀ ਉਦੋਂ। ਪਰ ਸਾਨੂੰ ਦੇਖਣਾ ਪਊ ਕਿ ਗੁਰੂ ਸਾਹਿਬ ਦਾ ਰਵੱਈਆ, ਉਹਨਾਂ ਨੇ ਉਹਨਾਂ ਮਸਲਿਆਂ ਨੂੰ ਕਿਵੇਂ ਹੱਲ ਕੀਤਾ, ਕਿ ਕਿਤੇ ਕੋਈ ਵੀ ਗੁਰੂ ਸਾਹਿਬਾਨ ਤਲਖੀ 'ਚ ਆਇਆ, ਦੂਜੇ ਦੀ ਬਦਮੀ ਬੇਲੋੜੀ ਨਿੰਦਿਆ ਕੀਤੀ ਕਿਤੇ? ਕਿੰਨੇ ਪਿਆਰ ਅਤੇ ਠਰੰਮੇ ਨਾਲ ਵਿਰੋਧਾਂ ਨੂੰ ਝੱਲਿਆ ਅਤੇ ਆਪਣੀ ਗੱਲ ਰੱਖੀ। ਸੋ ਸਾਡੇ 'ਚੋਂ ਜਿਹੜਾ ਇਹ ਮਾਦਾ ਹੁਣ ਖਤਮ ਹੁੰਦਾ ਜਾ ਰਿਹਾ ਸਹਿਣਸ਼ੀਲਤਾ ਦਾ, ਕਿ ਦੂਜੇ ਦੇ ਜਿਹੜੇ ਵਿਚਾਰ ਨੂੰ ਉਹ ਇੰਨੇ ਗਲਤ ਲੱਗਣ ਲੱਗ ਜਾਣ, ਆਪਦੇ ਵਿਚਾਰ ਇੰਨੇ ਸਹੀ ਲੱਗਣ ਲੱਗ ਜਾਣ, ਇਹ ਸਿੱਖ ਦਾ ਗੁਣ ਨਹੀਂ। ਮੈਂ ਜੇ ਚਾਰ ਕਿਤਾਬਾਂ ਲਿਖਤੀਆਂ, ਸਟੇਜ 'ਤੇ ਬੋਲਣਾ ਆ ਗਿਆ, ਲੋਕ ਸੁਣਨ ਲੱਗ ਗਏ, ਅਤੇ ਮੈਂ ਇਹ ਸੋਚਣ ਲੱਗ ਜਾਂ ਕਿ ਮੈਂ ਤਾਂ ਗਲਤ ਹੋ ਹੀ ਨਹੀਂ ਸਕਦਾ, ਮੈਨੂੰ ਸਭ ਕੁਛ ਦਾ ਪਤਾ ਲੱਗ ਗਿਆ, ਇਸ ਕਰਕੇ ਜਿਹੜਾ ਮੇਰੇ ਵਿਚਾਰਾਂ ਨਾਲ ਨਹੀਂ ਸਹਿਮਤ ਉਹ ਅਗਿਆਨੀ ਹੈ ਜਾਂ ਮੂਰਖ ਹੈ ਜਾਂ ਬੇਈਮਾਨ ਹੈ ਜਾਂ ਦੁਸ਼ਮਣ ਹੈ, ਮਤਲਬ ਇਸ ਤਰ੍ਹਾਂ ਦੀਆਂ ਲਕੀਰਾਂ ਖਿੱਚ ਲੈਣੀਆਂ। ਸੋ ਜਿੱਥੇ ਹਲੀਮੀ ਸਾਨੂੰ ਸਿਖਾਈ ਹੈ ਗੁਰੂ ਸਾਹਿਬ ਨੇ, ਹਲੀਮੀ ਕਿਵੇਂ ਆਉਂਦੀ ਹੈ ਬੰਦੇ 'ਚ? ਹਲੀਮੀ ਉਦੋਂ ਆਊ ਜਦੋਂ ਤੁਹਾਨੂੰ ਤੁਹਾਡੇ ਆਪਦੇ ਆਪ ਬਾਰੇ ਵੀ ਮਨ 'ਚ ਥੋੜ੍ਹਾ ਸ਼ੱਕ ਖੜ੍ਹਾ ਹੋ, ਸੈਲਫ ਡਾਊਟ ਜਿਹਨੂੰ ਅਸੀਂ ਕਹਿੰਦੇ ਹਾਂ, ਕਿ ਠੀਕ ਹੈ ਮੈਨੂੰ ਬਹੁਤ ਗੱਲਾਂ ਦਾ ਪਤਾ ਹੈ, ਪਰ ਹੋ ਸਕਦਾ ਮੈਨੂੰ ਬਹੁਤ ਅਜੇ ਗੱਲਾਂ ਦਾ ਨਾ ਪਤਾ ਹੋਵੇ। ਹੋ ਕੀ ਸਕਦਾ, ਹੁੰਦਾ ਹੀ ਹੈ, ਇਹ ਗਿਆਨ ਦਾ ਤਾਂ ਕੋਈ ਅੰਤ ਹੀ ਨਹੀਂ। ਜਿੰਨਾ ਤੁਸੀਂ ਸਿੱਖੀ ਜਾਓਗੇ ਉਹਨਾਂ ਤੁਹਾਨੂੰ ਸਗੋਂ ਵੱਧ ਪਤਾ ਲੱਗੂ ਕਿ ਮੈਨੂੰ ਕਿੰਨਾ ਘੱਟ ਪਤਾ ਹੈ। ਅਗਿਆਨੀ ਬੰਦਾ ਹੀ ਸੰਤੁਸ਼ਟ ਹੁੰਦਾ ਕਿ ਮੈਨੂੰ ਕਿੰਨਾ ਪਤਾ ਹੈ। ਜਦੋਂ ਤੁਹਾਨੂੰ ਗਿਆਨ ਹੋਣ ਲੱਗ ਗਿਆ ਫਿਰ ਤਾਂ ਤੁਹਾਨੂੰ ਇਹ ਪਤਾ ਲੱਗਣ ਲੱਗ ਜਾਂਦਾ ਕਿ ਅਜੇ ਮੈਨੂੰ ਕਿੰਨਾ ਘੱਟ ਪਤਾ, ਅਤੇ ਗਿਆਨ ਦਾ ਕੋਈ ਅੰਤ ਨਹੀਂ, ਤਾਂ ਬੜੀ ਦੂਰ ਦੀਆਂ ਗੱਲਾਂ। ਇਸ ਕਰਕੇ ਫਿਰ ਤੁਹਾਡਾ ਦੂਜਿਆਂ ਪ੍ਰਤੀ ਜਿਹੜਾ ਰਵੱਈਆ ਉਹ ਹੰਕਾਰ ਅਤੇ ਹਉਮੇ ਵਾਲਾ ਨਹੀਂ ਹੋਊ, ਉਹ 'ਚ ਤਲਖੀ ਨਹੀਂ ਹੋਊ, ਉਹ 'ਚ ਹਲੀਮੀ ਆਊਗੀ, ਕਿਸ ਸੁਣੀਆਂ ਕਿਸ ਕਹੀਏ, ਉਹ ਤਹਿਜੀਬ ਆਊ ਗੱਲ ਕਰਨ ਦੀ। ਅੱਜ ਜਿਹੜੀਆਂ ਚੁਣੌਤੀਆਂ ਦਿੱਤੀਆਂ ਜਾ ਰਹੀਆਂ ਕਿ ਰੱਖ ਲਓ ਟਾਈਮ ਜਿੱਥੇ ਮਰਜ਼ੀ ਸਾਡੇ ਨਾਲ ਬਹਿਸ ਕਰਕੇ ਦਿਖਾਓ, ਸਿੱਖੀ ਵਿੱਚ ਇਸ ਦੀ ਕੋਈ ਜਗ੍ਹਾ ਨਹੀਂ। ਇਹ ਹੈਂਕੜ 'ਚੋਂ ਨਿਕਲਦੀਆਂ, ਹਉਮੇ 'ਚੋਂ, ਹੰਕਾਰ 'ਚੋਂ ਅਤੇ ਅਗਿਆਨਤਾ 'ਚੋਂ ਨਿਕਲਦੀਆਂ। ਇਹ ਕੋਈ ਵੀ ਗਿਆਨਵਾਨ ਬੰਦਾ ਦੂਜੇ ਨੂੰ ਇਸ ਤਰ੍ਹਾਂ ਚੁਣੌਤੀਆਂ ਨਹੀਂ ਦੇਊਗਾ, ਜੁੜ ਕੇ ਬੈਠ ਕੇ ਗੱਲਾਂ ਕਰੂਗਾ। ਸੋ ਇਹ ਗੱਲਾਂ ਜੇ ਅਸੀਂ ਇਹਦੇ ਬਾਰੇ ਅੱਜ ਕੋਈ ਸਟੈਪ ਨਾ ਚੁੱਕੇ ਕਿ ਆਪਾਂ ਕੀ ਲੈਣਾ ਚੱਲੀ ਜਾਣ ਦਿਓ, ਜਾਂ ਇਸ ਤਰ੍ਹਾਂ ਸਵਾਦ ਲੈਣਾ ਸ਼ੁਰੂ ਕਰਤਾ, ਕਿਉਂਕਿ ਸੋਸ਼ਲ ਮੀਡੀਆ ਜਿਸ ਕਿਸਮ ਦਾ ਬਣ ਗਿਆ ਅੱਜ, ਉਹਨੇ ਇੱਕ ਇਹ ਬਿਮਾਰੀ ਵੀ ਪਾਤੀ ਹੈ। ਸੋਸ਼ਲ ਮੀਡੀਆ ਇੱਕ ਬਹੁਤ ਵੱਡਾ ਹਥਿਆਰ ਵੀ ਹੈ ਕਿ ਅਸੀਂ ਆਪਦੀ ਗੱਲ ਨੂੰ ਬਹੁਤ ਵੱਡੀ ਪੱਧਰ 'ਤੇ ਲੈ ਕੇ ਜਾ ਸਕਦੇ ਹਾਂ, ਪਰ ਉਹ ਇੱਕ ਪ੍ਰੋਬਲਮ ਵੀ ਹੈ ਕਿ ਬੰਦੇ ਉਹਦੇ ਵਿੱਚੋਂ ਸਵਾਦ ਲੈਣ ਲੱਗ ਗਏ। ਜਿਹੜੇ ਜਿਨ੍ਹਾਂ ਦੀਆਂ ਬਿਰਤੀਆਂ ਨੀਵੀਆਂ ਹਨ ਉਹ ਉਹਨਾਂ ਗੱਲਾਂ 'ਚੋਂ ਸਵਾਦ ਲੈਣ ਲੱਗ ਗਏ। ਹੁਣ ਜਦੋਂ ਤੁਸੀਂ ਉਹਨਾਂ ਗੱਲਾਂ 'ਚੋਂ ਸਵਾਦ ਲਓਗੇ ਤਾਂ ਜਿਹੜੇ ਬੰਦੇ ਉਹ ਗਲਤ ਕੁਛ ਕਰ ਰਹੇ ਨੇ ਉਹਨਾਂ ਦੇ ਹੌਂਸਲੇ ਵੱਧਦੇ ਆ, ਉਹਨਾਂ ਨੂੰ ਲੱਗਦਾ ਕਿ ਮੇਰੀਆਂ ਗੱਲਾਂ ਨੂੰ ਕਿੰਨੇ ਲੋਕ ਲਾਈਕ ਕਰ ਰਹੇ ਆ, ਮੇਰੀਆਂ ਗੱਲਾਂ ਕਿੰਨੀ ਮੇਰੀ ਵੀਡੀਓ ਸ਼ੇਅਰ ਹੋ ਗਈ। ਸੋ ਇਸ ਤਰ੍ਹਾਂ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਅੱਜ ਇਸ ਤਰ੍ਹਾਂ ਦਾ ਉਤਸ਼ਾਹ ਦੇਵਾਂਗੇ ਤਾਂ ਅਸੀਂ ਆਪਦੀ ਕੌਮ ਦਾ ਜਿਹੜਾ ਭਵਿੱਖ ਆ ਉਹ ਤਬਾਹ ਕਰਨ ਦੇ ਜ਼ਿੰਮੇਵਾਰ ਆਪ ਹੋਵਾਂਗੇ। ਮਤਲਬ ਗੱਲ ਬਹੁਤ ਖਤਰਨਾਕ ਮੋੜ 'ਤੇ ਪਹੁੰਚੀ ਖੜੀ ਹੈ। ਇਕੱਲੀ ਇਹ ਨਹੀਂ ਕਿ ਸਾਡੇ ਅੰਦਰ ਕੀ ਹੋ ਰਿਹਾ, ਸਿੱਖ ਕੌਮ ਨੂੰ ਬਾਹਰੋਂ ਜਿਸ ਕਿਸਮ ਦੀਆਂ ਚੁਣੌਤੀਆਂ ਪੈਦਾ ਹੋ ਗਈਆਂ ਅਤੇ ਅਜੇ ਭਵਿੱਖ ਦੇ ਵਿੱਚ ਹੋਣ ਜਾ ਰਹੀਆਂ,
जो समा हिंदुस्तान च बन गया वो दिसी भी जा रहा है, पर अजे बहुत पता नहीं कि अजे होर की कुछ होने वाला है। अज जो हो रहा वो तो दिस रहा है कि अजे की कुछ होना है। असी अवेसले हुए बैठे हाँ, सानू यह लगता कि मुसलमानां नाल ही हो रहा जिहड़ी सारी असहनशीलता है जां धक्का है, वह मुसलमानां नाल ही हो रहा है। ये ठीक है कि अज टारगेट मुसलमान बन रहे हैं, पर वो जिहड़ी सोच है जे वो चैक ना हुई, जे उन्हूं कोई रोक ना पई, तां उसने अखीर नूं साडे ते भी आके मार करनी है, कर ही रहे हैं। टुटवीआं घटनावां तां वापर रही हैं, पहलां टुटवीआं घटनावां ही वापरदियां हुंदियां, पहलां थोड़ियां छुटपुट घटनावां वापरदियां। जे असीं उदों अवेसले रहीए फिर वो एक बड़ी रुझान बन जांदियां, उदों साडे कोले करन नूं कुछ रहिंदा नहीं, क्योंकि जदों पहलां सिग्नल पहुँच गए, चेतावनियां आ गईयां, उदों असीं सुत्ते रहे, तो जदों वह पूरी जोर फट के आ गई लहर, उदों जे असीं जागांगे तां भी कुछ नहीं कर सकांगे। बहुतियां कौमां नाल कल साडे नाल नहीं, इतिहास भरिया पिया इस तरह दियां। यहूदियां दी उदाहरण सब तो वड्डी है, यहूदियां दे नाल जर्मनी दे विच जदों कानून बनने शुरू हो गए सी 1932 तो ही कि यह आ कारोबार नहीं कर सकते, इन्हां तो सौदा ना लिया जाए, इन्हां तो वोट का हक ले लिया जाए, मतलब इस तरह दियां गल्लां आउण लग गईयां सी। तो जर्मन यहूदियां दे जिहड़े आगू सीगे उन्हां गल्लां नूं अणडिठ करदे रहे कि चलो कोई नहीं, जे इन्नी क गल है इन्नी क तां असीं झल लांगे। उन्हां नूं इह नहीं सी पता कि गाहां होर बनना की है इहदा। सो वह तो चलो उन्हां कोले जो कोई पुरानी उदाहरण नहीं सी दुनिया की, चलो उन्हां दी गलती आपां माफ कर सकते हैं। हुण जदों साडे सामने इन्नियां उदाहरणां पईआं ने, खास करके जर्मनी दी यहूदियां दी, कि जदों इस किस्म दा बहु गिणती दे अंदर झल जां जनून उठता है, वह फिर की किन्नी तबाही करता है। ये दुनिया के बहुत हिस्सों च वापर चुके, असी खुद उहदा शिकार हो चुके हैं 84 दे विच। तो इस करके जे असी अज भी इस गल तो वेसले होइए तां फिर सानू भविख माफ नहीं करूगा। सो मेरी बहुत सुनिम्र बेनती है कि एक तां पंथ दे अंदर जो गलत गल्लां वापर रहीआं उहनू चुप करके जां उहनू अणडिठ ना करो कि आपां की लैणा है। ये गल्लां ने साडे ते बहुत मारू असर पाउणा है। दूजी गल, देश के हालात जो बन रहे वो तो बिल्कुल ही अवेसले ना होवो। बाकी जो यहूदियां नाल वापरिया सी वो फिर हिंदुस्तान च घट गिणतियां नाल वापरना है। सानू RSS की पूरी खेड का पता नहीं, ये RSS अज ही नहीं पैदा होगी। जेडे RSS दे बानी सी, तुसी उन्हां दियां उस मौके दियां लिखतां पढ़ो, अज तो 100 साल पुरानियां, ओहो हिटलर दे, मुसोलनी दे, जिहड़े उस मौके दे जालम फासिट सी, उन्हां दे ओह किड्डे वड्डे प्रशंसक सी कि ठीक है इस तरह ही होना चाहिए। सावरकर जिन्हें नींह रखी इस हिंदू तवी विचारधारा दी, उसने अपनी किताब दे विच शरेआम लिखिया है कि हिंदुआं दा जिहड़ा औरतां प्रति रवैया है उस करके भी असी कमजोर हाँ। रवैया की कहिंदा, असी औरतां नाल उन्नी दुश्मन दीआं औरतां नाल उन्नी ज्यादती नहीं करदे जिन्नी दी लोड़ हुंदी है। सिद्धा उन्हें कहा कि बलात्कार नहीं असी करदे, जदों कि मुसलमान इस तरह करदे न, ते सानू ये सारा कुछ दुश्मन दीआं औरतां नाल करना चाहीदा तां कि उन्हां नूं सबक मिल सके, ते साडी बारे ये मैसेज ना जावे कि ये कमजोर है। मतलब ये गल्लां उन्होंने सिद्धांतों च पईआं जिहड़ियां हुण असीं देख रहे हैं। जो 84 साडे नाल होया वो ऐवें नहीं किसी खला चों हो गया सी, वो टीके पहलां लग चुके सी। जदों टीका लगदा उदों नहीं पता लगदा, जदों असर प्रगट हुंदा सानूं उदों पता लगदा जाके।
ਸੋ ਅਸਲ ਦੇ ਵਿੱਚ ਜਿਹੜਾ ਵਿਦਵਾਨ ਹੈ ਕੌਮ ਦਾ ਜਾਂ ਜਿਹੜਾ ਬੰਦਾ ਸੂਝਵਾਨ ਹੈ ਉਹਦਾ ਫਰਜ਼ ਤਾਂ ਇਹ ਬਣਦਾ ਕਿ ਇਹਨਾਂ ਗੱਲਾਂ ਤੋਂ ਕੌਮ ਨੂੰ ਜਾਗਰੂਕ ਕਰੇ। ਅਸੀਂ ਆਪਦੇ ਮਸਲਿਆਂ 'ਚ ਉਲਝੇ ਪਏ ਹਾਂ, ਆਹ ਕਰਨਾ ਠੀਕ ਹੈ ਕਿ ਨਹੀਂ, ਆਹ ਕਰਨਾ ਗਲਤ ਹੈ। ਚਲੋ ਠੀਕ ਗਲਤ ਦੇ ਵਿਚਾਰ ਹੋ ਸਕਦੇ ਆ, ਮੈਨੂੰ ਇਹ ਲੱਗ ਸਕਦਾ ਕਿ ਆਹ ਗੱਲ ਗਲਤ ਹੈ, ਪਰ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਇਹ ਲੜਾਈ ਅੰਦਰ ਨਹੀਂ ਵਾੜਨੀ ਚਾਹੀਦੀ, ਪਰ ਇਹ ਲੜਾਈ ਵੱਢ ਰਹੀ ਆ ਅੰਦਰ ਦੋ ਗੱਲਾਂ ਕਰਕੇ। ਇੱਕ, ਸਾਡੇ ਆਪਦੇ ਕਿਰਦਾਰ ਇਸ ਤਰ੍ਹਾਂ ਦੇ ਬਣ ਚੁੱਕੇ, ਹਉਮੈ ਇੰਨੀ ਆ ਗਈ, ਹੋਸ਼ਾਪਣ ਇੰਨਾ ਆ ਗਿਆ, ਕਿਉਂਕਿ ਸਾਡੇ 'ਚ ਉਹ ਜੋ ਗੁਰਬਾਣੀ ਵਾਲੇ ਗੁਣ ਧਾਰਨ ਕਰਨੇ ਸੀ ਉਹ ਤਾਂ ਹੋਏ ਨਹੀਂ। ਦੂਜੀ ਗੱਲ, ਜਿਹੜਾ ਸਾਡਾ ਬਾਹਰ ਬੈਠਾ ਦੁਸ਼ਮਣ ਹੈ ਜਿਹਨੂੰ ਸਿੱਧਾ ਅਸੀਂ ਕਹੀ RSS, ਉਹਦਾ ਇਹ ਏਜੰਡਾ ਹੈ ਕਿ ਕੌਮ ਦੇ ਵਿੱਚ ਤਫੇੜ ਪਾਈ ਜਾਵੇ। ਉਹਨਾਂ ਨੂੰ ਇਹ ਲੱਗਦਾ ਕਿ ਜਿੰਨਾ ਚਿਰ ਸਿੱਖ ਇਸ ਗੱਲ 'ਤੇ ਅੜਿਆ ਖੜ੍ਹਾ ਕਿ ਇੱਕ ਗ੍ਰੰਥ ਇੱਕ ਪੰਥ, ਉਹਨਾਂ ਚਿਰ ਇਹਨੂੰ ਹਿੰਦੂਇਜ਼ਮ ਦੇ ਵਿੱਚ ਜਜ਼ਬ ਕਰਨਾ ਬਹੁਤ ਔਖਾ ਹੈ ਕਿ ਗੁਰੂ ਗ੍ਰੰਥ ਸਾਹਿਬ 'ਚ ਜਿਹੜੀ ਇਹਦੀ ਇਸ ਤਰ੍ਹਾਂ ਦੀ ਨਿਸ਼ਠਾ ਹੈ ਇਹ 'ਤੇ ਸੱਟ ਮਾਰੀ ਜਾਵੇ, ਫਿਰ ਬੜਾ ਸੌਖਾ। ਫਿਰ ਤਾਂ ਉਹਨਾਂ ਵਾਸਤੇ ਇੱਕ ਫਿਰਕਾ, ਬਸ ਜਿਵੇਂ ਹੋਰ ਕਿੰਨੇ ਫਿਰਕੇ ਨੇ, ਤੁਸੀਂ ਅੰਮ੍ਰਿਤ ਛਕ ਲਓ, ਸਰੂਪ ਰੱਖ ਲਓ, ਨਗਰ ਕੀਰਤਨ ਕਰ ਲਓ, ਗੱਤਕੇ ਖੇਡ ਲਓ, ਲੰਗਰ ਲਾ ਲਓ, ਸਮਾਗਮ ਕਰੀ ਚੱਲੋ, ਕੁਛ ਕਰੀ ਚੱਲੋ, ਬਸ ਆਪਦੇ ਸਿਧਾਂਤ ਤੋਂ ਪਾਸੇ ਹੋ ਜਾਓ, ਫਿਰ ਤਾਂ ਤੁਹਾਨੂੰ ਉਹ ਬਹੁਤ ਸ਼ਾਬਾਸ਼ੇ ਦੇਣਗੇ ਅਤੇ ਬੜੇ ਅਹੁਦੇ ਦੇਣਗੇ ਅਤੇ ਬੜੀਆਂ ਥਾਪੀਆਂ ਦੇਣਗੇ, ਬੜਾ ਕੁਛ ਆ ਉਹਨਾਂ ਕੋਲ ਦੇਣ ਵਾਸਤੇ ਮੁਲਕ ਦੇ ਹਾਕਮ ਨੂੰ। ਅਤੇ ਸਿੱਖ 'ਚ ਭੁੱਖ ਬਹੁਤ ਵਧੀ ਪਈ ਹੈ, ਮਾਫ਼ ਕਰਨਾ, ਮਤਲਬ ਹਾਬੜੇ ਪਏ ਨੇ ਬੰਦੇ ਕਿ ਮੈਨੂੰ ਕੁਛ ਮਿਲ ਜੇ, ਇੱਕ ਦੂਜੇ ਨੂੰ ਪਿੱਛੇ ਸੁੱਟ ਸੁੱਟ ਕੇ ਅੱਗੇ ਨੂੰ ਜਾ ਰਹੇ ਨੇ। ਸੋ ਇਸ ਹਾਲਾਤ ਦੇ ਵਿੱਚ ਜਿਹੜਾ ਨੌਜਵਾਨ ਵਰਗ ਹੈ ਅੱਜ, ਉਸ ਨੂੰ ਇਹ ਜ਼ਿੰਮੇਵਾਰੀ ਉੱਠਣੀ ਪੈਣੀ ਹੈ, ਉਹਨੂੰ ਆਪ ਤਿਆਰ ਹੋਣਾ ਪੈਣਾ, ਆਪਦੇ ਅੰਦਰ ਬਹੁਤ ਕੁਛ ਬਦਲਣਾ ਪੈਣਾ ਆਪਦਾ ਵੀ, ਕਿਉਂਕਿ ਸਿੱਖੀ ਦਾ ਮਾਰਗ ਹੈ ਹੀ ਪਹਿਲਾਂ ਆਪਦੇ ਤੋਂ ਸ਼ੁਰੂ ਹੁੰਦਾ, ਦੂਜੇ ਤੋਂ ਨਹੀਂ। ਪਹਿਲਾਂ ਆਪ ਸਿੱਖ ਬਣੋ। ਮੈਂ ਪਿੱਛੇ ਜੇ ਇੱਕ ਜਗ੍ਹਾ 'ਤੇ ਗਿਆ ਸੀ ਅਤੇ ਬੰਦਿਆਂ ਨਾਲ ਕਾਫੀ ਚਿਰ ਘੰਟਾ ਬਹਿ ਕੇ ਗੱਲਾਂ ਕਰਦਾ ਰਿਹਾ, ਮੈਨੂੰ ਅਖੀਰ ਨੂੰ ਕਹਿੰਦੇ ਤੁਸੀਂ ਸਾਨੂੰ ਦੱਸਦੇ ਨਹੀਂ ਵੀ ਫਿਰ ਕਰੀਏ ਕੀ। ਮੈਂ ਯਾਰ ਸਿੱਖ ਬਣ ਜੋ, ਹੋਰ ਕੀ ਹੈ। ਮੈਂ ਤੁਹਾਡੇ ਜੋ ਕੋਈ ਬਾਂਹ ਉੱਚੀ ਕਰਕੇ ਕਹੋ, ਮੈਂ ਤਾਂ ਬਣ ਗਿਆ ਪੂਰਾ, ਵੀ ਮੇਰੇ 'ਚ ਸਾਰੇ ਸਿੱਖੀ ਗੁਣ ਆ ਗਏ ਆ। ਆਪਾਂ ਨੂੰ ਸਭ ਨੂੰ ਪਤਾ ਜੇ ਇਮਾਨਦਾਰੀ ਨਾਲ ਅੰਦਰ ਝਾਕੀਏ ਤਾਂ ਕਿੰਨੇ ਔਗਣ ਪਏ ਨੇ। ਸੋ ਉਹ ਔਗਣਾਂ ਤੋਂ ਮੁਕਤ ਹੋ ਕੇ ਸਿੱਖ ਬਣੀਏ। ਸਿੱਖ ਵਾਸਤੇ ਗਿਣਤੀ ਕਦੇ ਵੀ ਮਾਣੇ ਨਹੀਂ ਰੱਖਦੀ, ਗੁਣ ਮਾਣੇ ਰੱਖਦਾ। ਇਹ ਗਿਣਤੀਆਂ ਵਧਾਉਣ ਵਾਲੀ ਸੋਚ ਤਾਂ ਦੂਜੀਆਂ ਕੌਮਾਂ ਦੀ ਹੈ ਜਿਨ੍ਹਾਂ ਦੇ ਪੱਲੇ ਕੁਛ ਨਹੀਂ, ਜਿਨ੍ਹਾਂ ਨੂੰ ਗੁਣ ਦੀ ਅਹਿਮੀਅਤ ਹੀ ਕੋਈ ਨਹੀਂ। ਸਾਨੂੰ ਤਾਂ ਗੁਰੂ ਸਾਹਿਬ ਨੇ ਸੀਸ ਦੇ ਕੇ, ਸਰਬੰਸ ਵਾਰ ਕੇ ਸਭ ਕੀ ਇਹ ਸਿਖਾਇਆ ਹੈ ਕਿ ਗਿਣਤੀਆਂ ਦੇ ਭੈ ਹੇਠ ਨਹੀਂ ਆਉਣਾ। 1,25,000 ਸੇ ਇੱਕ ਲੜਾਊਂ ਹੋਰ, ਉਹਦਾ ਮਤਲਬ ਕੀ ਹੈ ਕਿ ਗਿਣਤੀਆਂ ਤੋਂ ਨਾ ਡਰੋ। ਸਿੱਖ ਜਦੋਂ ਗੁਰੂ ਨਾਲੋਂ ਟੁੱਟੂ, ਆਤਮਿਕ ਤੌਰ 'ਤੇ ਕਮਜ਼ੋਰ ਹੋਊ ਤਾਂ ਉਹ ਗਿਣਤੀਆਂ ਦਾ ਭੈ ਮੰਨੂ। ਅੱਜ ਸਿੱਖ ਗਿਣਤੀਆਂ ਦਾ ਭੈ ਮੰਨ ਰਿਹਾ, ਇਸੇ ਕਰਕੇ ਉਹ 'ਚ ਹੀਨ ਭਾਵਨਾ ਹੈ, ਇਸੇ ਕਰਕੇ ਉਹ ਉਹਨਾਂ ਵੱਲ ਨੂੰ ਝੁਕਦਾ, ਜਾਂਦਾ, ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਅਤੇ ਬੋਲਣ ਤੋਂ ਡਰਦਾ। ਸੋ ਸਿੱਖ ਦੇ ਵਿੱਚ ਦਲੇਰੀ ਉਹ ਗੁਣ ਤਾਂ ਆਊਗਾ ਜਦੋਂ ਉਹ ਗੁਰੂ ਸਾਹਿਬ ਦੀ 1,25,000 ਸੇ ਏਕ ਲੜਾਉਣ ਦੀ ਜਿਹੜੀ ਭਾਵਨਾ ਹੈ ਕਿ ਕਦੇ ਵੀ ਘੱਟ ਹੋਣ ਦਾ ਜਿਹੜੀ ਗੱਲ ਹੈ। ਮੇਰੀ ਕਈ ਬੰਦਿਆਂ ਨਾਲ ਗੱਲ ਹੋਈ ਆ, ਬੜੇ ਸਿਆਣੇ ਬਣਿਆਂ ਨਾਲ, ਉਹ ਮਤਲਬ ਖੁੱਲ੍ਹੇਆਮ ਇਹ ਗੱਲ ਕਹਿੰਦੇ ਨੇ, ਉਹਨਾਂ ਦੀ ਗਿਣਤੀ ਕਿੰਨੀ ਹੈ, ਅਸੀਂ ਤਾਂ ਆਟੇ 'ਚ ਲੂਣ ਬਰਾਬਰ ਹਾਂ, ਅਸੀਂ ਕੀ ਕਰ ਲਾਂਗੇ ਉਹਨਾਂ ਦਾ। ਸਿੱਖ ਹਮੇਸ਼ਾ ਹੀ ਆਟੇ 'ਚ ਲੂਣ ਬਰਾਬਰ ਰਿਹਾ, ਸਿੱਖ 'ਤੇ ਗਿਣਤੀ ਕਦੇ ਵੀ ਨਹੀਂ ਸੀਗੀ। ਪਰ ਉਸ ਮੌਕੇ ਕਿਉਂਕਿ ਉਹ ਸਿੱਖ ਸੀ, ਉਹਦੇ 'ਚ ਉਹ ਸਿੱਖੀ ਗੁਣ ਸੀ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਦੋਂ ਸਥਾਪਿਤ ਹੋਇਆ ਸਿੱਖ 13% ਸੀ, ਰਾਜ ਨਹੀਂ ਸੀ ਕੀਤਾ ਵੀ ਲੋਕਾਂ ਨੂੰ ਬਹੁਤ ਹਜ਼ਾਰਾਂ ਦੀ ਗਿਣਤੀ 'ਚ ਮਾਰਤਾ ਹੋਵੇ, ਕਤਲ ਕਰਤਾ ਹੋਵੇ। ਸਿੱਖਾਂ ਦਾ ਕੋਈ ਜਿਹੜਾ ਵਿਰੋਧੀ ਦੁਸ਼ਮਣ ਇਤਿਹਾਸਕਾਰ ਵੀ ਇਹ ਗੱਲ ਨਹੀਂ ਲਿਖ ਸਕਿਆ ਕਿਤੇ ਵੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਜ਼ੁਲਮ ਹੋਏ ਸੀ ਦੂਜੇ ਤਬਕਿਆਂ 'ਤੇ, ਕਿਤੇ ਵੀ ਨਹੀਂ। ਮੌਤ ਦੀ ਸਜ਼ਾ ਜਿੱਥੇ ਅੱਜ ਦੁਨੀਆ ਦੇ ਦੇਸ਼ ਬਹਿਸਾਂ ਹੋ ਰਹੀਆਂ ਕਿ ਇਹ ਖਤਮ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ, ਇਹ 18ਵੀਂ ਸਦੀ 'ਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਜਦੋਂ ਅਜੇ ਦੁਨੀਆ 'ਚ ਕਿਤੇ ਵੀ ਨਹੀਂ ਸੀ ਇਹ ਗੱਲ।
ਐਲਾਨ ਹੋ ਗਿਆ ਸੀ ਕਿ ਮੌਤ ਦੀ ਸਜ਼ਾ ਖਤਮ। ਇੱਥੋਂ ਤੱਕ ਕਿ ਮਹਾਰਾਜਾ ਰਣਜੀਤ ਸਿੰਘ 'ਤੇ ਕਿਸੇ ਬੰਦੇ ਨੇ ਕਾਤਲਾਨਾ ਹਮਲਾ ਕੀਤਾ, ਮਾਰਨ ਦੀ ਕੋਸ਼ਿਸ਼ ਕੀਤੀ, ਉਹ ਬਚ ਰਹੇ ਅਤੇ ਫੜਿਆ ਗਿਆ, ਮੌਕੇ 'ਤੇ ਫੜਿਆ ਗਿਆ ਬੰਦਾ। ਅਤੇ ਮਹਾਰਾਜਾ ਰਣਜੀਤ ਸਿੰਘ ਨੇ ਕਹਿਤਾ ਸੀ ਵੀ ਇਹਨੂੰ ਕੁਛ ਨਹੀਂ ਕਹਿਣਾ, ਇਹਨੂੰ ਛੱਡ ਦਿਓ, ਇਹਨੂੰ ਆਪੇ ਅਹਿਸਾਸ ਹੋ ਜੂਗਾ। ਹੁਣ ਤੁਸੀਂ ਤੁਲਨਾ ਕਰਕੇ ਦੇਖੋ ਇਸ ਗੱਲ ਦੀ। ਇੱਕ ਬੰਦੇ 'ਤੇ ਕਾਤਲਾਨਾ ਹਮਲਾ ਹੁੰਦਾ ਰਾਜੇ 'ਤੇ, ਹਾਕਮ 'ਤੇ, ਉਹ ਉਸ ਹਮਲਾਵਰ ਨੂੰ ਬਖਸ਼ ਦਿੰਦਾ ਮੌਕੇ 'ਤੇ। ਇੱਕ ਪ੍ਰਕਾਸ਼ ਸਿੰਘ ਬਾਦਲ 'ਤੇ ਕੋਈ ਮਾੜੀ ਜਿਹੀ ਜੁੱਤੀ ਸੁੱਟਦਾ, ਉਹਦੇ ਵੱਜੀ ਵੀ ਨਹੀਂ, ਉਸ ਬੰਦੇ ਦੀ ਕੀ ਗੱਤ ਬਣਾਈ ਜਾਂਦੀ ਹੈ, ਜਿਹਦਾ ਮਤਲਬ ਹਉਮੈ ਕਿੰਨੀ ਹੈ, ਡਰ ਕਿੰਨਾ ਅੰਦਰ, ਕਿਉਂਕਿ ਗੁਰਬਾਣੀ ਨਾਲ ਟੁੱਟ ਚੁੱਕਿਆ। ਅੱਜ ਦੁਨੀਆ ਦੀਆਂ ਸਾਰੀਆਂ ਹਕੂਮਤਾਂ ਡਰੀਆਂ ਹੋਈਆਂ, ਜਿੱਥੇ ਤੁਸੀਂ ਇੱਥੇ ਵੀ ਰਹਿ ਰਹੇ ਹੋ, ਕੋਈ ਵੀ ਦੁਨੀਆ ਦੀ ਹਕੂਮਤ ਜਿਹੜੀ ਹੈ, ਭਾਵੇਂ ਯੂਰਪ ਹੈ, ਭਾਵੇਂ ਅਮਰੀਕਾ ਹੈ, ਭਾਵੇਂ ਕਨੇਡਾ ਹੈ, ਉਹ ਛੋਟੀਆਂ ਛੋਟੀਆਂ ਗੱਲਾਂ ਤੋਂ ਡਰੇ ਪਏ ਨੇ ਬਹੁਤ। ਸੋ ਮਹਾਰਾਜਾ ਰਣਜੀਤ ਸਿੰਘ ਦੇ ਮਨ 'ਚੋਂ ਡਰ ਨਹੀਂ ਸੀਗਾ, ਉਹ ਆਤਮ ਵਿਸ਼ਵਾਸ ਸੀ। ਇਹ ਠੀਕ ਹੈ ਉਹਦੇ ਆਚਰਣ ਦੇ ਵਿੱਚ ਕੁਛ ਕਮਜ਼ੋਰੀਆਂ ਆਈਆਂ, ਉਸ ਗੱਲ ਬਾਰੇ ਕੋਈ ਦੋਰਾਵਾਂ ਨਹੀਂ, ਪਰ ਫਿਰ ਵੀ ਉਹਨੇ ਬਹੁਤ ਕੁਛ ਸਿੱਖੀ ਦਾ ਗ੍ਰਹਿਣ ਕੀਤਾ ਹੋਇਆ ਸੀ, ਜਿਹਦੇ ਕਰਕੇ ਉਸ ਰਾਜ ਨੂੰ ਯਾਦ ਕੀਤਾ ਜਾਂਦਾ। ਇੰਨੀ ਦਿਆਲਤਾ ਕਿਸੇ ਹੁਕਮਰਾਨ 'ਚ ਆ ਹੀ ਨਹੀਂ ਸਕਦੀ, ਉਹ ਗੁਰਬਾਣੀ ਤੋਂ ਗ੍ਰਹਿਣ ਕੀਤੀ ਹੋਈ ਸੀਗੀ ਕਿ ਆਹ ਕੰਮ ਨਹੀਂ ਕਰਨਾ। ਕਿਉਂਕਿ ਸਿੱਖ ਜਦੋਂ ਜ਼ੁਲਮ ਦੇ ਰਾਹ ਪਊ ਤਾਂ ਗੁਰੂ ਗ੍ਰੰਥ ਸਾਹਿਬ ਸਾਹਮਣੇ ਆ ਕੇ ਖੜੂ, ਵਰਜੂਗਾ ਕਿ ਇਹ ਕੰਮ ਨਹੀਂ ਕਰਨਾ। ਤਾਕਤ ਹੱਥ 'ਚ ਆਈ ਹੈ ਤਾਂ ਉਹ ਕਿਸੇ ਮਜ਼ਲੂਮ 'ਤੇ ਨਹੀਂ ਉੱਠਣੀ ਚਾਹੀਦੀ। ਸੋ ਇਹ ਤਾਂ ਸਾਨੂੰ ਗੁਰੂ ਸਾਹਿਬ ਨੇ ਪਹਿਲੀ ਸਿੱਖਿਆ ਦਿੱਤੀ ਹੈ। ਮੈਂ ਕਈ ਥਾਵਾਂ 'ਤੇ ਇਹ ਗੱਲ ਰੱਖੀ ਹੈ ਕਿ ਸਾਨੂੰ ਇਹ, ਅਸੀਂ ਕਈ ਚੀਜ਼ਾਂ ਬਾਰੇ ਸੋਚਦੇ ਨਹੀਂ, ਅਸੀਂ ਉਂਝ ਹੀ ਸੁਣ ਲੈਂਦੇ ਹਾਂ ਜਾਂ ਪੜ੍ਹ ਲੈਂਦੇ ਹਾਂ ਅਤੇ ਅੱਗੇ ਲੰਘ ਜਾਂਦੇ ਹਾਂ ਕਿ ਤੇਗ ਛੇਵੇਂ ਪਾਤਸ਼ਾਹ ਨਹੀਂ ਕਿਉਂ ਉਠਾਈ, ਕੀ ਪਹਿਲੇ ਗੁਰੂ ਨਹੀਂ ਉਠਾ ਸਕਦੇ ਸੀ? ਹਰ ਗੁਰੂ ਸਮਰੱਥ ਸੀ ਹਰ ਕੁਛ ਕਰਨ ਵਾਸਤੇ, ਇਹ ਨਹੀਂ ਕਿ ਪਹਿਲੇ ਗੁਰੂ ਕਰ ਨਹੀਂ ਸਕਦੇ ਸੀਗੇ ਅਤੇ ਛੇਵੇਂ ਕਰ ਸਕਦੇ ਸੀ। ਫਿਰ ਅਸੀਂ ਇਹ ਵਿਆਖਿਆ ਦੇਣ ਲੱਗ ਜਾਂਦੇ ਹਾਂ ਕਿ ਕਿਉਂਕਿ ਪੰਜਵੇਂ ਗੁਰੂ ਸ਼ਹੀਦ ਹੋ ਗਏ ਸੀ, ਫਿਰ ਉਹਦਾ ਬਦਲਾ ਲੈਣ ਵਾਸਤੇ ਤੇਗ ਉਠਾਉਣੀ ਜ਼ਰੂਰੀ ਹੋ ਗਈ ਸੀ। ਇੱਥੋਂ ਅਸੀਂ ਉੱਕਦੇ ਹਾਂ ਬਹੁਤ ਜ਼ਿਆਦਾ, ਅਸੀਂ ਦੁਨਿਆਵੀ ਤਰਕ ਦਿੰਦੇ ਹਾਂ। ਇਹ ਗੁਰੂਆਂ ਦਾ ਕੋਈ ਵੀ ਕਰਮ ਦੁਨਿਆਵੀ ਤਰਕ ਦੇ ਅਧੀਨ ਨਹੀਂ ਸੀ। ਇਹ ਤਾਂ ਅਸੀਂ ਅੱਜ ਜੋ ਦੇਖਦੇ ਹਾਂ ਕਿ ਸਾਡਾ ਕਿਸੇ ਨੇ ਮਾਰਤਾ, ਅਸੀਂ ਫਿਰ ਉਦੋਂ ਬਦਲਾ ਲੈਂਦੇ ਹਾਂ, ਫਿਰ ਗੁਰੂ ਕੀ ਹੋਇਆ ਜੇ ਗੁਰੂ ਇਸ ਤਰ੍ਹਾਂ ਲੋਕਾਂ ਦੂਜੇ ਬੰਦਿਆਂ ਵਾਂਗ ਸੋਚਣ ਲੱਗ ਗਿਆ। ਸੋ ਗੁਰੂ ਸਾਹਿਬ ਨੇ ਜੋ ਵੀ ਕੀਤਾ, ਕਿਸੇ ਵੀ ਗੁਰੂ ਨੇ, ਉਹਨੂੰ ਕਿਤੇ ਵੀ ਜਦੋਂ ਉਹਦੀ ਵਿਆਖਿਆ ਕਰਨੀ ਹੈ, ਉਹ ਦੁਨਿਆਵੀ ਤਰਕ ਅਧੀਨ ਨਹੀਂ ਹੋਣੀ ਚਾਹੀਦੀ, ਉਹਦੇ ਪਿੱਛੇ ਕੋਈ ਬਹੁਤ ਵੱਡਾ ਅਧਿਆਤਮਿਕ ਰਹੱਸ ਹੁੰਦਾ ਕਿ ਇਹ ਗੱਲ ਕਿਉਂ ਹੋਈ, ਨੌਵੇਂ ਪਾਤਸ਼ਾਹ ਸੱਤਵੀਂ ਜਗ੍ਹਾ 'ਤੇ ਕਿਉਂ ਨਹੀਂ ਆਏ। ਇਹਦੇ ਫਿਰ ਬੰਦੇ ਵਿਆਖਿਆ ਦੇ ਦਿੰਦੇ ਆ ਜਿਹੜੇ ਦੁਨਿਆਵੀ ਜੇ ਕਾਰਨ, ਕਿ ਉਦੋਂ ਕਿਉਂ ਨਹੀਂ ਬਣਾਇਆ ਉਹਨਾਂ ਨੂੰ ਗੁਰੂ, ਨੌਵੇਂ ਨੰਬਰ 'ਤੇ ਜਾ ਕੇ ਕਿਉਂ ਬਣੇ। ਸੋ ਮੈਂ ਆਪਾਂ ਇਸ, ਹੁਣ ਕਿਉਂਕਿ ਸਮਾਂ ਬਹੁਤ ਹੋ ਗਿਆ ਅਤੇ ਇਹਨਾਂ ਗੱਲਾਂ ਦੇ ਆਪਾਂ ਵਿਸਥਾਰ 'ਚ ਨਹੀਂ ਜਾ ਸਕਦੇ, ਮੈਂ ਸਿਰਫ ਸੰਕੇਤ ਮਾਤਰ ਇਹ ਗੱਲਾਂ ਰੱਖਦਾ ਵੀ ਜਿਹੜਾ ਅਸੀਂ ਪ੍ਰਚਾਰ ਕਰ ਰਹੇ ਹਾਂ ਉਹਦੇ ਵਿੱਚ ਹੀ ਕਿਤੇ ਨਾ ਕਿਤੇ ਕਮਜ਼ੋਰੀ ਹੈ, ਜਿਹਦੇ ਕਰਕੇ ਸਾਡੇ ਉਹ ਕਿਰਦਾਰ ਨਹੀਂ ਬਣ ਰਹੇ। ਅਸੀਂ ਗੁਰੂਆਂ ਨੂੰ ਜਿਵੇਂ ਦਰਸਾ ਰਹੇ ਹਾਂ, ਗੁਰੂਆਂ ਦੇ ਜੀਵਨ ਬਾਰੇ ਬੋਲ ਰਹੇ ਨੇ ਬਹੁਤ ਬੰਦੇ, ਪਰ ਉਹ ਜੋ ਵਿਆਖਿਆ ਹੋ ਰਹੀ ਹੈ ਉਹ ਠੀਕ ਨਹੀਂ ਹੋ ਰਹੀ, ਉਹ ਦੁਨਿਆਵੀ ਤਰਕ ਅਧੀਨ ਹੋ ਰਹੀ ਹੈ। ਸੋ ਛੇਵੇਂ ਪਾਤਸ਼ਾਹ ਨੇ ਤੇਗ, ਛੇਵੇਂ ਪਾਤਸ਼ਾਹ ਨੇ ਤਾਂ ਚੁੱਕੀ ਜਾ ਕੇ, ਪਹਿਲੇ ਪਾਤਸ਼ਾਹ ਨੇ ਕਿਉਂ ਨਹੀਂ ਚੁੱਕੀ ਕਿ ਜਿੰਨਾ ਚਿਰ ਇਸ ਤਰ੍ਹਾਂ ਦਾ ਸਿੱਖ ਵਰਗ ਪੈਦਾ ਨਹੀਂ ਹੁੰਦਾ ਸਮਾਜ ਕਿ ਜਦੋਂ ਉਹਦੇ ਹੱਥ 'ਚ ਤੇਗ ਆਵੇ ਉਹ ਮਜ਼ਲੂਮ 'ਤੇ ਨਾ ਉੱਠੇ, ਉਹਦੇ ਉਹ ਅਖਲਾਕ ਨੂੰ ਪਹਿਲਾਂ ਮਜ਼ਬੂਤ ਨੀਹਾਂ ਧਰਨੀਆਂ ਸੀਗੀਆਂ ਅਤੇ ਉਹ ਕਈ ਪੁਸ਼ਤਾਂ 'ਚ ਧਰੀਆਂ ਜਾਂਦੀਆਂ ਜਾ ਕੇ, ਅਤੇ ਇਹਦਾ ਸਬੂਤ ਵੀ ਦੇਤਾ ਸਿੱਖਾਂ ਨੇ 18ਵੀਂ ਸਦੀ 'ਚ, ਜਿਹਨੂੰ ਦੁਸ਼ਮਣ ਵੀ ਮੰਨ ਗਿਆ ਕਿ ਐਡੀ ਵੱਡੀ ਤਾਕਤ ਹੈ, ਐਡੀ ਫੌਜ ਹੈ, ਹਰਾ ਰਹੇ ਨੇ ਸਭ ਨੂੰ, ਅਬਦਾਲੀ ਤੋਂ ਲੈ ਕੇ ਮਰਹੱਟਿਆਂ ਤੱਕ, ਪਰ ਕਿਤੇ ਵੀ ਮਜ਼ਲੂਮਾਂ ਦੇ ਉੱਤੇ ਜ਼ੁਲਮ ਨਹੀਂ ਕਰ ਰਹੇ। ਮੇਰੀ ਇੱਕ ਕਿਤਾਬ ਹੈ ਕਿਸ ਬਦਰੂਲੀ ਪਾਤਸ਼ਾਹੀ, ਉਹਦੇ ਵਿੱਚ ਮੈਂ ਤੁਲਨਾ ਕੀਤੀ ਹੈ ਕਿ ਉਸੇ ਮੌਕੇ ਮਰਹੱਟੇ ਲੜ ਰਹੇ ਨੇ, ਉਸੇ ਮੌਕੇ ਸਿੰਘ ਲੜ ਰਹੇ ਨੇ। ਮਰਹੱਠਿਆਂ ਨੇ ਜਦੋਂ ਜਾ ਕੇ ਬੰਗਾਲ 'ਤੇ ਹਮਲਾ ਕੀਤਾ, ਤੁਸੀਂ ਉਹ ਰਿਪੋਰਟਾਂ ਪੜ੍ਹ ਕੇ ਦੇਖੋ, ਦਿਲ ਕੰਬ ਜਾਂਦਾ।
ਪਿੰਡਾਂ ਦੇ ਪਿੰਡ ਸਾੜ ਦਿੰਦੇ ਸੀ, ਬੱਚਿਆਂ ਨੂੰ ਜਿਉਂਦਿਆਂ ਨੂੰ ਸਾੜ ਦਿੰਦੇ ਸੀ ਦਹਿਸ਼ਤ ਪਾਉਣ ਵਾਸਤੇ। ਵੀ ਇਹ ਦੋਹਾਂ ਦਾ ਫਰਕ ਕਿੱਥੋਂ ਆਇਆ? ਕਿਉਂਕਿ ਉਹ ਅਖਲਾਕ ਦੀਆਂ ਨੀਹਾਂ ਬੜੀਆਂ ਮਜ਼ਬੂਤ ਧਰੀਆਂ ਸੀ ਕਿ ਜਦੋਂ ਹੱਥ 'ਚ ਇਹਨਾਂ ਦੇ ਤੇਗ ਆਊ ਤਾਂ ਉਹ ਕਿਸੇ ਮਜ਼ਲੂਮ 'ਤੇ ਨਹੀਂ ਉੱਠੂ, ਉਹ ਜਾਬਰ 'ਤੇ ਹੀ ਉੱਠੂਗੀ। ਇਸੇ ਕਰਕੇ ਛੇਵੇਂ ਗੁਰੂ ਨੂੰ ਜਾ ਕੇ ਜਿੰਨਾ ਚਿਰ ਉਹਨਾਂ ਨੂੰ ਯਕੀਨ ਨਹੀਂ ਹੋਇਆ ਕਿ ਹੁਣ ਉਹ ਸਿੱਖ ਪੈਦਾ ਹੋ ਚੁੱਕਿਆ, ਉਹਨਾਂ ਚਿਰ ਤੇਗ ਏਜੰਡੇ 'ਤੇ ਨਹੀਂ ਆਈ। ਹੋਰ ਇਹ ਨਹੀਂ ਕਿ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਕਰਕੇ ਹੋ ਗਿਆ। ਪੰਜਵੇਂ ਪਾਤਸ਼ਾਹ ਨਾ ਵੀ ਸ਼ਹੀਦ ਹੋਏ ਹੁੰਦੇ, ਸਿੱਖ ਨੇ ਤੇਗ ਫਿਰ ਵੀ ਉਠਾਉਣੀ ਸੀ। ਕਿਉਂਕਿ ਜੋ ਆਦਰਸ਼ ਰੱਖਤੇ ਸਾਹਮਣੇ ਗੁਰੂ ਸਾਹਿਬ ਨੇ, ਰੂਹਾਨੀ ਆਦਰਸ਼, ਉਹਨਾਂ ਨੂੰ ਹਾਸਲ ਕਰਨ ਵਾਸਤੇ ਇਸ ਅਮਲ ਦੇ ਵਿੱਚੋਂ ਲੰਘਣਾ ਜ਼ਰੂਰੀ ਸੀ। ਸੋ ਮੇਰਾ ਖਿਆਲ ਹੁਣ ਸਮਾਂ ਬਹੁਤ ਹੋ ਗਿਆ ਅਤੇ ਮੈਂ ਬੜੀਆਂ ਸੰਕੇਤ ਮਾਤਰ ਕੁਛ ਗੱਲਾਂ ਕਹੀਆਂ, ਥੋੜ੍ਹਾ ਸੋਚੋ। ਮਤਲਬ ਮੈਂ ਤਾਂ ਜਦੋਂ ਹਾਲਾਤ ਦੇਖਦਾ ਬਾਹਰ ਆ ਕੇ ਵੀ ਉੱਥੇ ਵੀ ਜੋ ਕੁਛ ਵਾਪਰ ਰਿਹਾ ਤਾਂ ਬਹੁਤ ਦੁੱਖ ਹੁੰਦਾ, ਬਹੁਤ ਜ਼ਿਆਦਾ, ਕਿ ਸਮਾਂ ਕੀ ਆਇਆ ਪਿਆ, ਅਸੀਂ ਕੀ ਬਣੇ ਪਏ ਹਾਂ। ਮੈਂ ਇੱਕ ਲੇਖ ਪੜ੍ਹਿਆ ਪ੍ਰੋਫੈਸਰ ਤੇਜਾ ਸਿੰਘ ਦਾ, ਮਾਰਚ 1933 ਦਾ। ਉਹਨੇ ਇੱਕ ਲਾਈਨ ਲਿਖੀ ਹੈ ਮੇਰੇ ਬੜੀ ਖੁਬਗੀ ਜਾ ਕੇ ਮਨ ਦੇ ਵਿੱਚ, ਕਿਉਂਕਿ 1933 ਤੱਕ ਸਿੱਖ ਨੇ ਬਹੁਤ ਪ੍ਰਾਪਤੀਆਂ ਕੌਮ ਨੇ ਕਰ ਲਈਆਂ ਸੀ। ਗੁਰਦੁਆਰੇ ਆਜ਼ਾਦ ਕਰਵਾ ਲਏ ਸੀ, ਸ਼੍ਰੋਮਣੀ ਕਮੇਟੀ ਬਣ ਗਈ, ਸ਼੍ਰੋਮਣੀ ਅਕਾਲੀ ਦਲ ਬਣ ਗਿਆ, ਪੂਰੀ ਕੌਮ ਦੀ ਚੜ੍ਹਤ ਹੋ ਗਈ ਸੀ। ਪਰ ਪ੍ਰੋਫੈਸਰ ਤੇਜਾ ਸਿੰਘ ਬਹੁਤ ਦੁੱਖ ਨਾਲ ਲਿਖ ਰਿਹਾ ਕਿ ਕੌਮ ਇਸ ਮੌਕੇ ਧਾਰਮਿਕ ਸੋਕੇ 'ਚੋਂ ਲੰਘ ਰਹੀ ਹੈ। ਉਹ ਕਹਿੰਦਾ, ਅਸੀਂ ਆਪਣੇ ਹੱਕਾਂ ਦੀ ਸੋਝੀ ਕਰਦਿਆਂ ਕਰਾਉਂਦਿਆਂ ਅਤੇ ਹੱਕਾਂ ਲਈ ਲੜਦਿਆਂ ਲੜਾਉਂਦਿਆਂ ਆਪਣੇ ਫਰਜ਼ ਭੁੱਲ ਗਏ, ਕਿ ਸਾਡੇ ਗੁਰੂ ਪ੍ਰਤੀ ਕੁਛ ਫਰਜ਼ ਨਾ, ਅਸੀਂ ਕਿਵੇਂ ਕਰਨਾ, ਕੁਛ ਵੀ ਕਰਨਾ ਅਸੀਂ ਉਹ ਕਿਸ ਤਰ੍ਹਾਂ ਕਰਨਾ, ਉਹ ਹਮੇਸ਼ਾ ਸਾਡੇ ਸਾਹਮਣੇ ਗੁਰੂ ਰਹਿਣਾ ਚਾਹੀਦਾ ਕਿ ਜੋ ਮੈਂ ਕਰ ਰਿਹਾ ਇਹ ਗੁਰੂ ਦੇ ਹੁਕਮ ਅਨੁਸਾਰ ਹੈ ਕਿ ਨਹੀਂ। ਸਿੱਖ ਕੋਈ ਕਿੱਡਾ ਮਰਜ਼ੀ ਗਿਣਤੀ ਵੱਧ ਜੇ, ਸਿੱਖ ਦੀ ਜਿੱਡਾ ਮਰਜ਼ੀ ਪਾਵਰਫੁੱਲ ਹੋ ਜੇ, ਜੇ ਉਹ ਗੁਰੂ ਦੇ ਹੁਕਮ ਤੋਂ ਬਾਹਰ ਜਾਊ ਉਹ ਸਫਲ ਨਹੀਂ ਹੋ ਸਕੂਗਾ। ਜ਼ੋਰ ਲਾ ਲਓ, ਜੇ ਕੋਈ ਵੀ ਪ੍ਰਾਪਤੀ ਹੋਣੀ ਆ ਗੁਰੂ ਦੇ ਹੁਕਮ ਵਿੱਚ ਰਹਿ ਕੇ ਹੋਣੀ ਹੈ। ਸੋ ਜਦੋਂ ਕੋਈ ਕਦਮ ਚੁੱਕਦੇ ਹਾਂ, ਕੋਈ ਕਰਮ ਕਰਦੇ ਹਾਂ, ਕੋਈ ਬੋਲਦੇ ਹਾਂ, ਲਿਖਦੇ ਹਾਂ, ਕੁਛ ਵੀ ਕਰਦੇ ਹਾਂ, ਇਹ ਬਿਲਕੁਲ ਸੋਚੀਏ ਹੀ ਨਾ ਕਿ ਗੁਰੂ ਦੇ ਹੁਕਮ ਅਨੁਸਾਰ ਹੈ ਕਿ ਨਹੀਂ, ਇਹ ਗੁਰੂ ਨੂੰ ਮਨਜ਼ੂਰ ਹੈ ਕਿ ਨਹੀਂ, ਕੀ ਗੁਰੂਆਂ ਨੇ ਸਾਨੂੰ ਇਹੀ ਸਿਖਾਇਆ ਸੀ। ਸੋ ਇਹ ਦੁੱਖ ਹੁੰਦਾ ਇਸ ਗੱਲ ਨੂੰ। ਤਾਂ ਮੇਰੀ ਤਾਂ ਇਹ ਮਤਲਬ ਤਕਰੀਬਨ ਮੈਂ ਕਹਿਣਾ ਬੜੇ ਦੁੱਖ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਸਿੱਖ ਜਿੰਨਾ ਅੱਜ ਗੁਰੂ ਨਾਲ ਟੁੱਟ ਚੁੱਕਿਆ ਇੰਨਾ ਕਦੇ ਵੀ ਨਹੀਂ ਸੀ ਟੁੱਟਿਆ, ਪਰ ਦਿਖਾਵਾ ਬਹੁਤ ਹੋ ਗਿਆ ਅਤੇ ਉਹ ਦਿਖਾਵਾ ਸਾਨੂੰ ਭਰਮ ਪੈਦਾ ਕਰ ਦਿੰਦਾ ਹੈ। ਅਤੇ ਜਿੰਨਾ ਚਿਰ ਭਰਮਾਂ 'ਚ ਜਿਉਵਾਂਗੇ ਉਨ੍ਹਾਂ ਚਿਰ ਅਸੀਂ ਆਪਦੀ ਹਾਲਤ ਨਹੀਂ ਸੁਧਾਰ ਸਕਾਂਗੇ, ਨਾ ਗੁਰੂ ਪ੍ਰਤੀ ਫਰਜ਼ ਪੂਰੇ ਕਰ ਸਕਾਂਗੇ। ਸੋ ਗੁਰੂਆਂ ਨੇ ਸੀਸ ਦਿੱਤੇ ਹੈ, ਤੱਤੀਆਂ ਤਵੀਆਂ 'ਤੇ ਬੈਠੇ ਹੈ, ਸਰਬੰਸ ਬਾਰੇ ਹੈ। ਉਸ ਤੋਂ ਬਾਅਦ ਕਿੰਨੀ ਕੌਮ ਸ਼ਹੀਦ ਹੋਈ ਅੱਜ ਤੱਕ, ਉਹ ਕਾਹਦੇ ਵਾਸਤੇ? ਵੀ ਅਸੀਂ ਆਹ ਅਮਲ ਜੋ ਅੱਜ ਅਸੀਂ ਪ੍ਰਦਰਸ਼ਨੀ ਕਰ ਰਹੇ ਹਾਂ ਉਹ ਕਰੀਏ? ਇਸ ਵਾਸਤੇ ਨਹੀਂ, ਉਹਨਾਂ ਨੇ ਬਹੁਤ ਵੱਡੇ ਸਾਡੇ ਸਾਹਮਣੇ ਟੀਚੇ ਰੱਖੇ ਸੀਗੇ ਵੀ ਅਸੀਂ ਦੁਨੀਆ ਦੇ ਵਿੱਚ ਉਦਾਹਰਨ ਕਾਇਮ ਕਰਨੀ ਹੈ, ਅਤੇ ਉਹ ਉਦਾਹਰਨ ਕਾਇਮ ਕਰਕੇ ਗਏ ਸੀ। 18ਵੀਂ ਸਦੀ ਦਾ ਸਾਡਾ ਸਾਰਾ ਸੰਘਰਸ਼, ਜਿਹਨੂੰ ਦੁਸ਼ਮਣ ਵੀ ਮੰਨਿਆ, ਉਸ ਤੋਂ ਬਾਅਦ ਚਲੋ 20ਵੀਂ ਸਦੀ 'ਚ ਵੀ ਸੰਤ ਜਰਨੈਲ ਸਿੰਘ ਨੇ ਭਾਵੇਂ ਥੋੜ੍ਹੇ ਚਿਰ ਲਈ ਸਹੀ, ਇੱਕ ਵਾਰ ਤਾਂ ਉਹ ਮਾਹੌਲ ਪੈਦਾ ਕੀਤਾ ਜਦੋਂ ਸਾਰਾ ਵਾਤਾਵਰਨ ਜਾਂ ਮਾਹੌਲ ਹੀ ਕੁਰਬਾਨੀ ਦੇ ਜਜ਼ਬੇ ਨਾਲ ਛਲਕ ਉੱਠਿਆ ਸੀਗਾ। ਬੰਦੇ ਕਿੰਨੇ ਚਾਅ ਨਾਲ, ਉਤਸ਼ਾਹ ਨਾਲ ਵੀ ਮੈਂ ਸ਼ਹੀਦ ਹੋ ਜਾਂ ਕੌਮ ਵਾਸਤੇ, ਹੁਣ ਕਿ ਮੈਨੂੰ ਕੁਛ ਮਿਲ ਜੇ, ਦੂਜੇ ਦੀ ਭੰਡੀ ਪ੍ਰਚਾਰ ਝੂਠ ਜੋ ਵੀ ਕੀਤਾ ਜਾ ਸਕਦਾ ਉਹਦੀ ਕਰਦਾਰ ਖੁਸ਼ੀ, ਉਹ ਕੁਛ ਕਰਕੇ, ਕਿਉਂ ਮੈਨੂੰ ਕੁਛ ਮਿਲ ਜੇ, ਕਿਤੇ ਰਾਹ 'ਚ ਅੜਿੱਕਾ ਨਾ ਬਣ ਜੇ। ਸੋ ਇਹ ਦੋਵੇਂ ਚੀਜ਼ਾਂ ਦਾ ਮੁਕਾਬਲਾ ਕਰਕੇ ਦੇਖੀਏ ਅਸੀਂ ਅਤੇ ਇਸ ਗੱਲ ਨੂੰ ਸਮਝ ਗਏ। ਅਤੇ ਪ੍ਰੋਫੈਸਰ ਤੇਜਾ ਸਿੰਘ ਨੇ ਇੱਕ ਹੋਰ ਲਾਈਨ ਲਿਖੀ ਸੀ, ਬਸ ਮੈਂ ਉਹ ਲਾਈਨ ਦੱਸ ਕੇ ਆਪਣੀ ਗੱਲ ਸਮਾਪਤ ਕਰਦਾ। ਉਹਨੇ ਇਹ ਕਿਹਾ ਸੀ ਕਿ ਸਿੱਖੀ ਕਦੇ ਵੀ ਲੈਕਚਰਾਂ ਨਾਲ ਨਹੀਂ ਫੈਲੀ, ਸਿੱਖੀ ਜਿਹੜੇ ਧਾਰਮਿਕ ਗੁਣ ਗ੍ਰਹਿਣ ਕਰ ਚੁੱਕੇ ਲੋਕਾਂ ਦੇ ਜੀਵਨ ਦੀ ਸ਼ੋਅ ਨਾਲ ਫੈਲੀ ਸੀ।
ਉਹਨਾਂ ਤੋਂ ਉਹਨਾਂ ਨੂੰ ਦੇਖ ਕੇ ਲੋਕ ਪ੍ਰੇਰਿਤ ਹੋ ਜਾਂਦੇ ਸੀ ਬਸ ਬਹੁਤਾ ਐਡੇ ਬੋਲਣ ਦੀ ਐਡੇ ਮਤਲਬ ਤੁਸੀਂ ਨਗਰ ਕੀਰਤਨ ਕਰੋ ਵੱਡੇ ਉਸ ਤਰ੍ਹਾਂ ਕਰੋ ਦਿਖਾਵੇ ਕਰੋ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਪੈਂਦੀ ਸੀ ਕਿਉਂਕਿ ਅਸੀਂ ਉੱਧਰੋਂ ਖਾਲੀ ਹੋ ਗਏ ਹਾਂ ਊਣੇ ਹੋ ਗਏ ਹਾਂ ਫਿਰ ਬੰਦਾ ਹਮੇਸ਼ਾ ਹੀ ਦਿਖਾਵਿਆਂ 'ਤੇ ਜ਼ੋਰ ਲਾ ਦਿੰਦਾ ਮੈਂ ਇਹ ਨਹੀਂ ਕਹਿੰਦਾ ਕਿ ਨਗਰ ਕੀਰਤਨ ਨਹੀਂ ਹੋਣੇ ਚਾਹੀਦੇ ਗੁਰਦੁਆਰੇ ਨਹੀਂ ਸਥਾਪਿਤ ਹੋਣੇ ਚਾਹੀਦੇ ਜਾਂ ਗੁਰਮਤ ਸਮਾਗਮ ਨਹੀਂ ਹੋਣੇ ਚਾਹੀਦੇ ਪਰ ਉਹਨਾਂ ਵਿੱਚੋਂ ਜਿਹੜਾ ਉਹ ਆਤਮਕ ਜਲਾਉ ਖਤਮ ਹੋ ਜਾਵੇ ਜਦੋਂ ਫਿਰ ਉਹ ਕਰਮ ਕਾਂਡ ਬਣ ਜਾਂਦਾ ਫਿਰ ਸਗੋਂ ਤੁਹਾਡੇ ਵਾਸਤੇ ਉਹ ਨੁਕਸਾਨ ਕਰਦਾ ਕਿਉਂਕਿ ਸਾਨੂੰ ਝੂਠਾ ਭਰਮ ਪੈਦਾ ਹੋ ਜਾਂਦਾ ਕਿ ਅਸੀਂ ਬਹੁਤ ਤਰੱਕੀ ਕਰ ਰਹੇ ਹਾਂ ਐਕਚੁਅਲੀ ਅਸੀਂ ਨਿਘਾਰ ਦੇ ਰਾਹ ਪੈ ਜਾਂਦੇ ਹਾਂ ਸੋ ਅੱਜ ਉਹ ਸਮਾਂ ਆ ਚੁੱਕਿਆ ਖੜ ਕੇ ਸੋਚੀਏ ਸਾਰੇ ਆਪਣੀ ਆਪਣੀ ਪੱਧਰ 'ਤੇ ਕੋਈ ਵੀ ਹੈ ਮੈਂ ਵੀ ਕਿ ਜੋ ਮੈਂ ਬੋਲ ਰਿਹਾ ਜੋ ਮੈਂ ਲਿਖ ਰਿਹਾ ਜੋ ਮੈਂ ਕਰ ਰਿਹਾ ਕੀ ਮੈਂ ਉਹ 'ਤੇ ਆਪ ਖੜ੍ਹਾਂ ਕਿ ਨਹੀਂ ਜੇ ਨਹੀਂ ਖੜ੍ਹਾ ਫਿਰ ਇਹ ਦੰਭ ਹੈ ਅਤੇ ਤੁਸੀਂ ਵੀ ਤੁਹਾਡੇ ਵਾਸਤੇ ਵੀ ਹਰ ਇੱਕ ਸਿੱਖ ਵਾਸਤੇ ਹੀ ਕਿ ਕਿਸੇ ਦੀਆਂ ਗੱਲਾਂ ਸੁਣ ਕੇ ਪ੍ਰਭਾਵਿਤ ਨਾ ਹੋਵੋ ਅਸੀਂ ਬੰਦਿਆਂ ਪਿੱਛੇ ਕਿਉਂ ਲੱਗਦੇ ਹਾਂ ਧਿਰਾਂ ਕਿਉਂ ਬਣਦੀਆਂ ਅਸੀਂ ਗੱਲਾਂ 'ਚ ਆਉਂਦੇ ਹਾਂ ਵੀ ਬਹੁਤ ਸੋਹਣਾ ਬੋਲਿਆ ਉਹਨੇ ਬਹੁਤ ਸੋਹਣਾ ਕੀਰਤਨ ਕੀਤਾ ਉਹਨੇ ਬਹੁਤ ਸੋਹਣੀ ਗੁਰਬਾਣੀ ਦੀ ਵਿਆਖਿਆ ਕੀਤੀ ਪਰ ਕੀ ਉਹਨੇ ਆਪਦੇ ਜੀਵਨ ਦੇ ਵਿੱਚ ਉਸ ਗੱਲ ਨੂੰ ਅਪਣਾਇਆ ਕਿਤੇ ਸਿੱਖ ਵਾਸਤੇ ਸਭ ਤੋਂ ਵੱਡੀ ਗੱਲ ਇਹ ਹੈ ਮੈਂ ਇੱਥੇ ਲੱਖ ਬੋਲੀ ਜਾਵਾਂ ਤੁਹਾਡੇ ਵਾਸਤੇ ਲੱਗੇ ਬੜਾ ਕੁਛ ਇਹਨੂੰ ਪਤਾ ਹੈ ਜੇ ਮੇਰੇ ਅੰਦਰ ਉਹ ਆਪਦੇ ਗੁਣ ਨਹੀਂ ਫਿਰ ਉਹ ਪਖੰਡ ਹੈ ਝੂਠ ਹੈ ਅਤੇ ਇਹ ਝੂਠ ਚੱਲ ਰਿਹਾ ਅਤੇ ਅਸੀਂ ਉਹ ਝੂਠ ਦੇ ਪਿੱਛੇ ਲੱਗੇ ਹਾਂ ਇਸੇ ਕਰਕੇ ਅਸੀਂ ਧਿਰਾਂ ਬਣੇ ਹੋਏ ਹਾਂ ਇੱਕ ਦੂਜੇ ਪ੍ਰਤੀ ਦੁਸ਼ਮਣੀਆਂ ਪਾਲ ਰਹੇ ਹਾਂ ਅਤੇ ਆਪਦੇ ਆਪ ਨੂੰ ਵੱਡੇ ਸਮਝ ਰਹੇ ਹਾਂ ਸੋ ਭਾਵੇਂ ਥੋੜ੍ਹੋ ਹੋਵੋ ਉੱਠੋ ਸੋਚੋ ਵਿਚਾਰੋ ਜੇ ਨਾ ਵਿਚਾਰਿਆ ਹੁਣ ਕੁਛ ਫਿਰ ਬਹੁਤ ਇੰਨਾ ਨੁਕਸਾਨ ਹੋ ਜਾਣਾ ਕਿ ਸ਼ਾਇਦ ਅਸੀਂ ਸੰਭਲ ਨਾ ਸਕੀਏ ਸੋ ਇੰਨੀਆਂ ਕੁ ਵਿਚਾਰਾਂ ਪ੍ਰਵਾਨ ਕਰਨੀਆਂ ਜੇ ਕੋਈ ਗੱਲ ਗਲਤ ਕਹੀ ਗਈ ਹੋਵੇ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੋਵੇ ਤਾਂ ਮਾਫ਼ ਕਰਨਾ ਕੱਲ੍ਹ ਨੂੰ ਫਿਰ ਖਾਸ ਕਰਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਕੀ ਸੀ ਅਤੇ ਮੈਨੂੰ ਉਹ ਕਿਤਾਬ ਲਿਖਣ ਦੀ ਲੋੜ ਕਿਉਂ ਪਈ ਉਹਦਾ ਅਜੋਕੇ ਪ੍ਰਸੰਗ 'ਚ ਮਹੱਤਤਾ ਕੀ ਹੈ ਇਹ ਗੱਲਾਂ ਬਹੁਤ ਡੂੰਘੀਆਂ ਵਿਚਾਰਨ ਵਾਲੀਆਂ ਅਤੇ ਕੱਲ੍ਹ ਦੁਪਹਿਰ ਨੂੰ ਆਪਾਂ ਫਿਰ ਮਿਲ ਕੇ ਇਹਨਾਂ ਗੱਲਾਂ ਬਾਰੇ ਵਿਚਾਰ ਕਰਾਂਗੇ ਸੋ ਇੰਨੇ ਇੱਕ ਵਿਚਾਰ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ